ਉਹਨਾਂ ਦਾ ਮਾਨ ਸਨਮਾਨ ਆ ਜੀ 100 ਰੁਪਇਆ ਧਰਮ ਸਿੰਘ ਜਗਰਾਉਂ ਵੱਲੋਂ ਜੀ, ਉਹ ਵੀ ਆਪਦਾ ਆ ਕੇ ਲੈ ਲੈਣ ਜੀ। ਉੱਧਰ ਸਾਡਾ ਵੀਰ ਪ੍ਰਭਜੋਤ ਮੁੱਲਾਪੁਰ ਉਸ ਵੀਰ ਵੱਲੋਂ ਵੱਡੇ ਸਹਿਯੋਗ ਹੈ ਇਸ ਕਬੱਡੀ ਕੱਪ ਦੇ ਲਈ। ਦਿੜਬਾ ਮੰਡੀ ਦੀ ਟੀਮ ਦਰਸ਼ਕ ਵੀਰ ਉਹ ਟੀਮ ਆ। ਮਨਜੋਤ ਆਪਣਾ ਮਾਨ ਸਨਮਾਨ ਲੈ ਲਵੇ। ਦਿੜਬਾ ਮੰਡੀ ਮੈਂ ਬੇਨਤੀ ਕਰਦਾ ਕਲੱਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਜੀ ਨੀਟਾ, ਉਹਨਾਂ ਦੇ ਨਾਲ ਮਾਸਟਰ ਹਨੇਕ ਸਿੰਘ ਜੀ USA ਤੇ ਮੋਹਨ ਸਿੰਘ ਜੀ USA ਉਹ ਸਨਮਾਨ ਕਰਨਗੇ ਇਹਨਾਂ ਦਾ। ਆ ਜਾਓ ਦਿੜਬਾ ਮੰਡੀ ਦੀ ਟੀਮ ਦਰਸ਼ਕ ਵੀਰ ਉਹ ਟੀਮ ਆ। ਇਸ ਟੀਮ ਨੇ ਲਗਭਗ 125 ਦੇ ਕਰੀਬ ਜਿਹੜੇ ਮੋਟਰਸਾਈਕਲ ਜਿੱਤੇ, 120 ਤੋਂ ਵੱਧ 6 ਜਿਹੜੀਆਂ ਨੈਨੋ ਕਾਰਾਂ ਜਿੱਤੀਆਂ। ਆ ਬਾਈ ਜੀ ਗੋਲਡਨ ਸਟੂਡੀਓ ਵਾਲੇ ਸਟੇਜ ਤੇ ਪਹੁੰਚਣ ਜੀ। ਪਹਿਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਧਾਵੀ, ਤੁਹਾਨੂੰ ਅਸੀਂ ਹੋਰ ਦੱਸ ਦਈਏ ਵੀ ਇਹ ਟੂਰਨਾਮੈਂਟ ਤੇ ਵਰਕਿੰਗ ਕਲੱਬ UK ਤੋਂ ਪ੍ਰਧਾਨ ਲੈਂਬਰ ਸਿੰਘ ਲਿੱਦੜ ਤੇ ਪ੍ਰਧਾਨ ਦਵਿੰਦਰ ਸਿੰਘ ਗੱਲਵਸੀਆਂ ਉਹ ਪਹੁੰਚੇ ਆ ਜੀ। ਉਹਨਾਂ ਨੇ ਟੂਰਨਾਮੈਂਟ ਤੋਂ 5 ਪਲੇਅਰ ਸਿਲੈਕਟ ਕਰਨੇ ਜਿਹੜੇ ਇੰਗਲੈਂਡ ਲੈ ਕੇ ਜਾਣੇ ਆ। ਵਰਕਿੰਗ ਕਲੱਬ UK ਪ੍ਰਧਾਨ ਲੈਂਬਰ ਸਿੰਘ ਲਿੱਦੜ, ਪ੍ਰਧਾਨ ਦਵਿੰਦਰ ਸਿੰਘ ਗੱਲ ਬਸੀਆਂ। ਇੱਧਰ ਪਹਿਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਧਾਵੀ ਦਿੜਬਾ ਮੰਡੀ ਦੀ ਟੀਮ ਦੀ ਤਰਫੋਂ ਰਾਜ ਝੋਟ ਖੇਡ ਮੈਦਾਨ ਦੇ ਵਿੱਚ ਹੱਥਾਂ ਨੂੰ ਕਲੀ ਲਾ ਕੇ ਮੈਦਾਨ ਦੇ ਵਿੱਚ ਹਲਕੇ ਹਲਕੇ ਜੇ ਪੱਬ ਧਰਦਾ ਹੈ। ਦਿੜਬਾ ਮੰਡੀ ਦੀ ਟੀਮ ਦੇ ਇੱਕ ਖਿਡਾਰੀ ਲੇਟ ਆ, ਜਿਸ ਕਰਕੇ ਇਸ ਟੀਮ ਨੇ ਮੈਚ ਥੋੜਾ ਲੇਟ ਕਰਵਾਇਆ। ਇੱਧਰ ਰਾਜ ਝੋਟ ਦੀ ਕਬੱਡੀ ਪੈਂਦੀ ਮੈਦਾਨ ਦੇ ਵਿੱਚ, ਸਾਹਮਣੇ 4 ਜਾਫੀ ਆ। 14 ਫਰਵਰੀ 2016 ਜਿਹੜਾ ਰਾਏਕੋਟ ਦਾ ਕਬੱਡੀ ਕੱਪ ਹੋਵੇਗਾ ਤੇ 32 ਟੀਮਾਂ ਐਂਟਰ ਕੀਤੀਆਂ ਜਾਣਗੀਆਂ। ਬੂਟਾ ਸਿੰਘ ਜੀ ਛਾਪਾ ਸਾਡੇ ਵੀਰ ਬਾਬੇ ਹੋਣੀ ਅਗਲੇ ਸਾਲ ਦੇ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਅੱਜ ਕਰ ਰਹੇ ਆ। ਇੱਧਰ ਨੌਜਵਾਨ ਧਾਵੀ ਅਗਲੀ ਕਬੱਡੀ ਪਾਉਣ ਲਈ ਅੰਮ੍ਰਿਤਸਰ ਦੀ ਟੀਮ ਦੀ ਤਰਫੋਂ ਖੇਡ ਮੈਦਾਨ ਦੇ ਵਿੱਚ ਵਧਿਆ। ਆ ਨੌਜਵਾਨ ਢੰਡੋਲੀ ਦਾ ਲਖਵਿੰਦਰ, ਪਰ ਖੇਡ ਮੈਦਾਨ ਦੇ ਵਿੱਚ ਦਿੜਬਾ ਮੰਡੀ ਦੀ ਟੀਮ ਦਾ ਨਵਾਂ ਜਾਫੀ ਜਿਹੜਾ ਕਰਦਾ ਹੋਇਆ ਟਰਾਈ ਪੁਆਇੰਟ ਅੰਮ੍ਰਿਤਸਰ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ। ਮਿੰਟੂ ਵੀਰ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਆਪਾਂ ਇੱਕ ਵਾਰ ਬੋਲ ਦਈਏ। ਇੱਧਰ ਨੌਜਵਾਨ ਧਾਵੀ ਦਿੜਬਾ ਮੰਡੀ ਦੀ ਟੀਮ ਦਾ ਕਰਨ ਘਮਾਨ, ਉਹਨਾਂ ਦਾ ਪਿੰਡ ਆ ਦਿੜਬਾ ਪਿੰਡ। ਦਿੜਬਾ ਮੰਡੀ ਤੇ ਅੰਮ੍ਰਿਤਸਰ ਜੀ ਇਹ ਵੀਰ ਮੈਚ ਚੱਲ ਰਿਹਾ, ਇਸ ਤੋਂ ਅਗਲਾ ਮੈਚ ਕਿਹੜਾ? ਉਧਰ ਅੰਮ੍ਰਿਤਸਰ ਦੀ ਟੀਮ ਦਾ ਜਾਫੀ ਫੜਿਆ ਗਿਆ ਲੱਕ ਖੇਡ ਮੈਦਾਨ ਦੇ ਵਿੱਚ। ਅਗਲੇ ਰਾਉਂਡ ਦੇ ਮੈਚਾਂ ਦੀਆਂ ਟਾਈਆਂ ਕੱਢਦੇ ਆ ਜੀ, ਫਿਰ ਤੁਹਾਨੂੰ ਦੱਸਦੇ ਆ ਮੈਚ ਆ ਕਰਾਓ ਜੀ। ਠੀਕ ਆ ਜੀ। ਇਧਰ ਨੌਜਵਾਨ ਅੰਮ੍ਰਿਤਸਰ ਦਾ ਜਾਫੀ ਲਾ ਤਕੜਾ ਜੱਫਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆ। ਉਧਰ ਰੂਮੀ ਦਾ ਮਨ ਯੰਗ ਕਬੱਡੀ ਕਲੱਬ ਦੇ ਨਾਲ ਜੁੜੀਆਂ ਜਿਹੜੀਆਂ ਟੀਮਾਂ ਇਹ ਜਿੱਤੀਆਂ ਹੋਈਆਂ ਵਾ, ਉਹਨਾਂ ਦਾ ਇੱਕ ਇੱਕ ਪਲੇਅਰ ਸਟੇਜ ਕੋਲੇ ਆ ਜਾਏ, ਅਸੀਂ ਹੁਣ ਟਾਈਆਂ ਕੱਢਣ ਲੱਗੇ ਆ। ਜੇਤੂ ਟੀਮਾਂ ਦਾ ਇੱਕ ਇੱਕ ਖਿਡਾਰੀ ਸਟੇਜ ਤੇ ਪਹੁੰਚ ਜਾਵੇ। ਇਧਰ ਦਿੜਬੇ ਦਾ ਦਰਸ਼ਨ ਲਾਉਂਦਾ ਹੋਇਆ ਜੱਫਾ, ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆ। ਰਾਜ ਝੋਟ ਦਿੜਬਾ ਮੰਡੀ ਦਾ ਅਗਲੀ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਰੱਬ ਵਰਗੇ ਜਿੰਨੇ ਵੀ ਦਰਸ਼ਕ ਵੀਰ ਇਸ ਗੋਲ ਦੇ ਦਾਇਰੇ ਦੇ ਨਾਲ ਜੁੜੇ ਆ, ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ। ਉਧਰ ਜੇਤੂ ਟੀਮਾਂ ਦਾ ਇੱਕ ਇੱਕ ਖਿਡਾਰੀ ਉਹ ਵੀ ਸਟੇਜ ਤੇ ਪਹੁੰਚ ਜਾਵੇ। ਇੱਧਰ ਰਾਜ ਝੋਟ ਦੀ ਪਈ ਹੋਈ ਕਬੱਡੀ ਵੱਜੀ ਹੋਈ ਪ੍ਰੈਸ, ਪੁਆਇੰਟ ਇਸ ਵੇਲੇ ਨੌਜਵਾਨ ਧਾਵੀ ਦਿੜਬਾ ਮੰਡੀ ਵਾਲਾ, ਰਾਜ ਝੋਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਰਣੀਏ ਨੇ ਪੁੱਜਣਾ ਸੀ, ਪਰ ਕਹਿੰਦੇ ਰਣੀਆ ਨੈਸ਼ਨਲ ਸਟਾਈਲ ਕਬੱਡੀ ਖੇਡਦਾ, ਉਹਦੇ ਵੀ ਕਹਿੰਦੇ ਅਭਿਸ਼ੇਕ ਬੱਚਨ ਉਹਨਾਂ ਦੀ ਟੀਮ ਵੱਲੋਂ। ਪਰ ਆ ਜਾਫੀ ਦਾ ਢੰਡੋਲੀ ਪਿੰਡ ਆ ਤੇ ਲਖਵਿੰਦਰ ਨਾਮ ਹੈ ਖੇਡ ਮੈਦਾਨ ਦੇ ਵਿੱਚ। ਉਧਰ ਪੁਆਇੰਟ ਜਿਹੜਾ ਅੰਮ੍ਰਿਤਸਰ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ। ਉਧਰ ਸਟੇਜ ਦੇ ਸਾਹਮਣੇ ਦੋ ਲੰਡੀਆਂ ਜੀਪਾਂ ਖੜੀਆਂ, ਅੱਜ ਕਿਹੜੇ ਭਾਗਾਂ ਵਾਲੇ ਦੋ ਕਬੱਡੀ ਦੇ ਸਟਾਰ ਹੋਣਗੇ ਜਿਹੜੇ ਲੰਡੀਆਂ ਜੀਪਾਂ ਜਿੱਤਣਗੇ। ਇੱਧਰ ਰਾਜ ਝੋਟ ਦਿੜਬਾ ਮੰਡੀ ਵਾਲਾ ਅਗਲੀ ਕਬੱਡੀ ਪਾਉਣ ਲਈ ਮੈਦਾਨ ਵਿੱਚ ਵਧਿਆ ਹੋਇਆ। 120 ਜਿੱਤੇ ਮੋਟਰਸਾਈਕਲ, 6 ਜਿੱਤੀਆਂ ਕਾਰਾਂ ਕੇ ਦਿੜਬੇ ਦੇ ਜੱਟਾਂ ਨੂੰ ਤੇ ਮਨਜ਼ੂਰ ਨਹੀਂ ਹਾਰਾਂ, ਕੇ ਦਿੜਬੇ ਦੇ ਜੱਟਾਂ ਨੂੰ ਤੇ ਮਨਜ਼ੂਰ ਨਹੀਂ ਹਾਰਾਂ। ਇੱਧਰ ਰਾਜ ਝੋਟ ਦਿੜਬਾ ਮੰਡੀ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਅਗਲੀ ਕਬੱਡੀ ਅੰਮ੍ਰਿਤਸਰ ਦੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਹੈ। ਖੇਡ ਮੈਦਾਨ ਦੇ ਵਿੱਚ
उस धरती का नौजवान धावी कबड्डी बोली मैदान वध्या होया अत्याना दड़बे वाला रायकोट के पिछले वरे के कबड्डी कप का बुलट का जेतु इस वेले लाजफा पॉइंट अपनी टीम के हिस्से जोड़ता आया। 24 तरीक जौलों का कबड्डी कप, 25 तरीक बद्दोवाल के अल्टो कारा दिखाई जानी है, भी दर्शक भी नोट कर लेना। इधर दड़बे वाला नौजवान, उधर तरसेम कुमार जी संदौड़ वाले फैसला करते हैं कि पॉइंट दड़बा मंडी की टीम के हिस्से जुड़ता होया। अगली रेड नौजवान धावी अमृतसर की टीम की तरफों कबड्डी पाने मैदान वध्या होया। ध्याना दड़बे का यह नौजवान करहाली साहब के कबड्डी कप का भी मोटरसाइकिल का जेतु ध्याने ने दुनिया के स्टार डके है। ला तकड़ा जफा इस वेले पॉइंट अपनी टीम के हिस्से जोड़ता आया। उधर माना रूमी जी सरदार इंद्रजीत सिंह जी रूमी वड्डे सहयोग आ, सोहण सिंह जी यूएसए, मोहन सिंह जी यूएसए, सरदार कुलदीप सिंह जी सबका प्रधान, सरदार गुरसरन सिंह जी सोता, सारे दानी वीर आप इन्हों के नाम भी जरूर लेने हैं क्योंकि इस कबड्डी कप लिए वड्डे दान दिते है। रूमी नगर कबड्डी के स्टार बिंदू उन्हां ने इस पिंड नूं भी पूरी दुनिया के प्रसिद्ध किया। इधर जाफी अमृतसर वाला ला तकड़ा जफा इस वेले पॉइंट अपनी टीम के हिस्से जुड़ता होया। लवी मिंटू वीर अगले राउंड दी टाइयां कर दित्तियां ते मैच दस्सो पहला किहड़ियां टीमां दा करवाया जाना। बस चल रहा जी, नाइयां पाउण लगे आ, तुहानूं दस्सदे आ 5 मिंट। इधर नौजवान धावी अमृतसर की टीम का कबड्डी पाउण लई खेड मैदान दे विच वध्या होया कि बदन गुंदमा शरीर दे विच जान होवे उत्तो चाहीदा इरादा मजबूत लोको गेम सुधर दी सिख के चंगे कोच कोलों जिवें चमड़े नूं सुधारे कलबूत लोको माड़े राह पै खिडारी दा की वण हुंदा याद रहे ग्राउंडां दा इक रूट लोको खेडा खेड के कई जग ते छा जांदे वजदे उहनां नूं दूरों ने सलूट लोको वजदे उहनां नूं दूरों ने सलूट लोको जिहड़ा कनेडा खेडदा डॉलर दिते जांदे आ यूरोप वाले नूं यूरो दिते जांदे आ ते जिहड़ा पंजाब दे कबड्डी कप्पां ते खेडदा बुलट दिते जांदे आ गड्डियां दित्तियां जांदियां पर रायकोट दे कबड्डी कप तों वक्खरी पिरत पई ट्रैक्टर दिते जाण लगे पर अज इस धरती ते लंडियां जीपां। इधर खेड मैदान दे विच दड़बा मंडी दे जाफी दा फड़िया गुट कि कोई फड़े गुट कोई पावे पूरी लुट कोई जफा लावे अड़ अड़ के कबड्डी दा जनून ते खौलदा है खून लोग वेखदे ने खड़ खड़ के जद होवे बक बक भारे आउंदे आ ट्रक सुन के पंजाबियां दे दिलां दी तार लोको पहला रहे जूझदे हुण ना रब दे वांग पूजदे जिहड़े बण गए कबड्डी दे स्टार लोको जिहड़े बण गए कबड्डी के स्टार लोको। दड़बा मंडी का नौजवान जा धावी इस वेले कबड्डी पाने लई खेड मैदान दे विच वध्या होया। उधर अमृतसरिया माझे की टीम पुजी है करता होया ट्राई पॉइंट जिहड़ा नौजवान इस वेले दड़बा मंडी वाला अपनी टीम के हिस्से में जोड़ता होया। अगली रेड फिर नौजवान धावी अमृतसर की टीम की तरफों कबड्डी पाने लई वध्या होया। सामने चार जाफी अल लखविंदर टंडोली का यह भी कबड्डी का स्टार जाफी है ला तकड़ा जफा इस वेले पॉइंट अपनी टीम के हिस्से जोड़ता होया। अगली रेड इस साल कहते 10 फरवरी दड़बे के कबड्डी कप की होनी है। इधर खेड मैदान के नौजवान धावी कबड्डी पाँदा आ। 2 फरवरी राणमा का कबड्डी कप दर्शक वीरियो जिते बब्बू मान खंट वाले मान का खुला खाड़ा लगना है जिदा पहले थोड़े दिन मुलापुर के रौनक लगी है। कुलदीप सिंह कीपा सोसायटी का जो सेवादार आ सोसायटी च पहुंच जाए जी। कुलदीप सिंह कीपा इधर खेड मैदान के अगली कबड्डी फिर दड़बा मंडी की टीम का जाफी करता हुआ कोशिश फड़िया हुआ गुट के कोई फड़े गुट कोई पावे पूरी लुट कबड्डी का जनून ते खौलदा है खून जद लग जाए लख फिर हो जाए अत गल जचिए कि नहीं एक गल पुछे पिंड तख्तूपुरे का गग्गी लोको कबड्डी पंजाबियों के खून च रचिए कि नहीं कबड्डी पंजाबियों के खून च रचिए कि नहीं गग्गी तख्तूपुरी रूमी वाले माने का यार कबड्डी 365.com के जरिए इन्हों मैचों का आनंद लै रहा। इधर नौजवान धावी इस वेले दड़बा मंडी की टीम वालों अगली कबड्डी पाने लई वध्या। उधर जाफी लग गया खुची छड़ाया खेड मैदान दे विच असीं दूजे राउंड दीआं टाइयां कढ़न लगे आ। कोई वीर इतराज ना करे भई साडा मैच इहदे नाल पै गया साडा इहदे नाल पै गया
टीमां सारिया ही बढ़िया, एक एक प्लेयर 365 वालों की गड्डी को आ जाए, असं इतने टाइया कढ़न लगे हाँ। मैं प्रबंधक वीर बेनती करता को इतने आ जा, सारिया टीमों का एक एक प्लेयर जिहड़ियां जित्तियां ने इत्थे आ जावे। साडे कोले जिन्नियां असीं सद्दियां ते साडे सद्दे ते बुलाईयां टीमां असीं सहिमती टीमां एंटर कीतियां सी तां कि टाइम नाल सारा कुछ हो, वधिया टीमां वधिया प्लेयर आए हुए आ। मैं सारिया टीमां नूं बेनती, जेतू टीमां दे इक खिडारी स्टेज के सामने साजिया 365.com वाले वीर की गड्डी खड़ी है, वो को पहुंच जाए अगले राउंड दियाँ। साढ़े वीर मिनट होनी टाइया कढ़न लगे है। बाबा रोडू क्लब चूड़ चक इहदा एक प्लेयर साढ़े को आ जाए, कौंके कौंके इहदा एक प्लेयर आ जाए, दौदर इहदा एक प्लेयर आ जाए, सीनीवाल इहदा एक प्लेयर आ जाए, गहरा इहदा एक प्लेयर आ जाए, भगवानपुर इहदा एक प्लेयर आ जाए, अंबी क्लब ठूर इहदा एक प्लेयर आ जाए, रसूलपुर इहदा एक प्लेयर आ जाए, हाथकला इहदा एक प्लेयर आ जाए, अते बौज हरी सिंह इह सारियां टीमां दा एक एक प्लेयर आ जाए ਤਾਂ ਕਿ ਅਸੀਂ ਟਾਈਆਂ ਕੱਢ ਸਕੀਏ। ਫਿਰ ਮੇਰਾ ਵੀਰ ਕੋਈ ਇਤਰਾਜ਼ ਨਾ ਕਰੇ ਕਿ ਸਾਡੇ ਸਾਹਮਣੇ ਨਹੀਂ ਜਾਂ ਕਿਸੇ ਨੇ ਵੀ ਸਾਡਾ ਇਹਦੇ ਨਾਲ ਮੈਚ ਆ ਗਿਆ। ਹੁਣ ਸਾਰੇ ਟੀਮਾਂ ਦੇ ਇੱਕ ਇੱਕ ਪਲੇਅਰ ਨੂੰ ਬੇਨਤੀ ਆ, ਅਸੀਂ ਟਾਈਆਂ ਕੱਢਣ ਲੱਗੇ ਹਾਂ। ਜੇਤੂ ਟੀਮਾਂ ਦਾ ਇੱਕ ਇੱਕ ਖਿਡਾਰੀ ਸਾਡੇ ਵੀਰ ਬੁਲਾ ਰਹੇ ਆ, ਕਿਉਂਕਿ ਪਿੰਡ ਦੀ ਟੀਮ ਜਿਹੜੀ ਨਹੀਂ ਐਂਟਰ ਸੀ। ਵੀਰ ਕਹਿੰਦੇ ਆ ਕਿ ਅਸੀਂ ਕਿਸੇ ਟੀਮ ਦੇ ਨਾਲ ਕੋਈ ਪੱਖਪਾਤ ਨਹੀਂ ਕਰਨਾ, ਇਸ ਲਈ ਜੇਤੂ ਟੀਮਾਂ ਦੇ ਇੱਕ ਖਿਡਾਰੀ ਟਾਈਆਂ ਵਾਲੇ ਵੀਰਾਂ ਕੋਲੇ ਪਹੁੰਚ ਜਾਵੇ। ਇੱਧਰ ਰਾਜ ਝੋੜ ਦਿੜਵਾ ਮੰਡੀ ਦੀ ਟੀਮ ਦਾ ਸਭ ਤੋਂ ਸੀਨੀਅਰ ਖਿਡਾਰੀ ਇਸ ਵੇਲੇ ਪਾਉਂਦਾ ਹੈ ਕਬੱਡੀ। ਉੱਧਰ ਪੁਆਇੰਟ ਜਿਹੜਾ ਸੱਦੋਵਾਲ ਦਾ ਮੀਂਹ ਆਪਣੇ ਸਮੇਂ ਦਾ ਕਬੱਡੀ ਦਾ ਸਟਾਰ ਇਸ ਵੇਲੇ ਫੈਸਲਾ ਕਰਦਾ ਕਿ ਪੁਆਇੰਟ ਦਿੜਵਾ ਮੰਡੀ ਦੀ ਟੀਮ ਦੇ ਸਿਰ 'ਤੇ ਜੁੜਦਾ ਹੋਇਆ ਕਿ ਬੜਾ ਕੁਝ ਸਿੱਖਣ ਨੂੰ ਮਿਲਦਾ। ਇੱਧਰ ਉੱਧਰ ਤੁਰ ਫਿਰ ਕੇ ਕੱਚੂ ਵੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੌਲੀ ਹੌਲੀ ਰਿੜ ਰਿੜ ਕੇ, ਕਿ ਹਿੰਮਤ ਕਰਕੇ ਖਰਗੋਸ਼ਾਂ ਨੂੰ ਤੇ ਵਿਗਾੜਨਾ ਪੈਂਦਾ ਏ। ਕੁਝ ਬਣਨਾ ਹੋਵੇ ਜ਼ਿੰਦਗੀ ਦੇ ਵਿੱਚ ਲੋਕੋ ਤੇ ਮਨ ਤਾਂ ਮਾਰਨਾ ਪੈਂਦਾ ਏ, ਕੁਝ ਬਣਨਾ ਹੋਵੇ ਲੋਕੋ ਜ਼ਿੰਦਗੀ ਦੇ ਵਿੱਚ ਤੇ ਮਨ ਤਾਂ ਮਾਰਨਾ ਪੈਂਦਾ ਏ। ਦਵਿੰਦਰ ਗਿੱਲ ਹੁਣੀ ਬਸੀਆਂ ਵਾਲੇ ਸਾਡੇ ਵੀਰ ਆਖਦੇ ਕਿ ਅੱਜ 5 ਪਲੇਅਰਾਂ ਦੀ ਚੋਣ ਕੀਤੀ ਜਾਣੀ ਹੈ ਵਾਰਕਿੰਗ ਕਬੱਡੀ ਕਲੱਬ ਵੱਲੋਂ, ਭਾਵੇਂ ਉਹ ਗ੍ਰੇਵਜੈਂਡ ਭਾਵੇਂ ਬੁਲਰਪਟਨ ਭਾਵੇਂ ਅਰਥ ਦੀ ਟੀਮ ਆ। ਯੂਕੇ ਦੀ ਕਬੱਡੀ ਇੱਕ ਵੱਡੇ ਬਜਟ ਦੀ ਕਬੱਡੀ ਹੁੰਦੀ ਆ ਹਰ ਸਾਲ। ਇੱਧਰ ਨੌਜਵਾਨ ਧਾਵੀ ਇਸ ਵੇਲੇ ਅਗਲੀ ਕਬੱਡੀ ਅੰਮ੍ਰਿਤਸਰ ਦੀ ਟੀਮ ਦੀ ਤਰਫੋਂ ਪਾਉਣ ਲਈ ਵਧਿਆ। ਦਿੜਵੇ ਦਾ ਦਰਸ਼ਨ ਧਿਆਨਾ ਅੱਜ ਸੱਤੀ ਤੇ ਰਣੀਆਂ ਦੋਨੋਂ ਵੀਰ ਨਹੀਂ ਪੁੱਜੇ। ਇੱਧਰ ਢੰਡੋਲੀ ਦਾ ਲਖਵਿੰਦਰ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਟਰਾਈ, ਕਦੇ ਗੁੱਟ ਫੜਦਾ ਕਦੀ ਧੌਣ ਤੇ ਹੱਥ ਰੱਖਦਾ, ਕਿ ਹੱਥ ਧੌਣ ਤੇ ਰੱਖ ਕੇ ਗੁੱਟ ਨੂੰ ਫੜਨਾ ਪੈਂਦਾ ਏ, ਵਾਂਗ ਕਰੰਟ ਵਿੱਚ ਲੱਤਾਂ ਤੇ ਵੜਨਾ ਪੈਂਦਾ ਏ, ਦਾ ਪੇਚ ਖੋਲ ਕੇ ਸਾਰੇ ਕਮਾਨੋ ਨਿਕਲਿਆ ਤੀਰ ਬਣਨਾ ਪੈਂਦਾ ਏ। ਰੇਡ ਕੈਦੀ ਨਹੀਂ ਬਿਨਾਂ ਗੋਲਦੇ, ਸਨਮਾਨ ਸੌਖੇ ਨਹੀਂ ਮਿਲਦੇ, ਲੋਕੋ ਖੇਡ ਕਬੱਡੀ ਲਈ ਫਕੀਰ ਬਣਨਾ ਪੈਂਦਾ ਏ। ਲਵੀ ਮੇਟੂ ਵੀਰ ਨੋਟ ਕਰ ਲਈ, ਦਿੜਵਾ ਮੰਡੀ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਆ, ਦਿੜਵਾ ਮੰਡੀ ਦੀ ਟੀਮ। ਅਗਲਾ ਮੈਚ ਕਿਹੜੀਆਂ ਟੀਮਾਂ ਦਾ ਲਿਸਟ ਪਲੀਜ਼ ਜ਼ਰੂਰ ਪੁੱਛਦੀ ਕਰ ਦਿਓ। ਦਿੜਵਾ ਮੰਡੀ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਆ। ਉੱਧਰ ਮਾਨਾ ਰੂਮੀ ਵਾਲਾ ਯੰਗ ਕਬੱਡੀ ਕਲੱਬ ਦੇ ਨਾਲ ਜੁੜੀ ਹੋਈ ਸ਼ਖੀਅਤ, ਮਹਾਨ ਕਬੱਡੀ ਦਾ ਪ੍ਰਮੋਟਰ, ਵੱਡੇ ਸਹਿਯੋਗ ਇਸ ਕਬੱਡੀ ਕੱਪ ਦੇ ਲਈ, ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਆ। ਸਰਦਾਰ ਇੰਦਰਜੀਤ ਸਿੰਘ ਜੀ ਰੂਮੀ, ਇਹ ਤੋਂ ਅਗਲਾ ਮੈਚ ਹਾਸ ਕਲਾਂ ਤੇ ਰਸੂਲਪੁਰ, ਦੋਨੇ ਟੀਮਾਂ ਨੂੰ ਸੱਦ ਲਓ ਜੀ, ਹਾਸ ਕਲਾਂ ਤੇ ਰਸੂਲਪੁਰ। ਹਾਸ ਕਲਾਂ ਤੇ ਰਸੂਲਪੁਰ ਦੀਆਂ ਟੀਮਾਂ ਅਗਲੇ ਮੈਚ ਲਈ ਪਹੁੰਚਣ, ਮੇਰੀ ਬੇਨਤੀ ਆ। ਹਾਸ ਕਲਾਂ ਤੇ ਰਸੂਲਪੁਰ, ਹਾਸ ਕਲਾਂ ਤੇ ਰਸੂਲਪੁਰ ਦੀਆਂ ਟੀਮਾਂ, ਲਵੀ ਵੀ ਟਾਈਆਂ ਉੱਥੇ ਕੱਢਦੇ ਆ। ਹਾਸ ਕਲਾਂ ਤੇ ਰਸੂਲਪੁਰ ਦੋਨੋਂ ਟੀਮਾਂ ਨੂੰ ਬੇਨਤੀ ਆ, ਸੈਕਿੰਡ ਰਾਊਂਡ ਦਾ ਪਹਿਲਾ ਮੈਚ ਹੋਵੇਗਾ, ਹਾਸ ਕਲਾਂ ਤੇ ਰਸੂਲਪੁਰ ਟੀਮਾਂ ਜਲਦੀ ਨਾਲ ਪਹੁੰਚਣ। ਕੱਲ੍ਹ ਰਸੂਲਪੁਰ ਦੇ ਕੱਦੂ ਬਰਾਬਰ ਸਾਡਾ ਸਟੇਜ ਤੇ ਆ ਜਾਵੇ,
ਹਾਸ ਕਲਾ ਤੇ ਰਸੂਲਪੁਰ ਮਾਰੋ ਟੀਮਾਂ ਨੂੰ ਸੱਦਾ ਜੀ, ਹਾਸ ਕਲਾ ਤੇ ਰਸੂਲਪੁਰ, ਹਾਸ ਕਲਾ ਤੇ ਰਸੂਲਪੁਰ ਸੱਦ ਲਓ ਜੀ। ਹਾਸ ਕਲਾ ਤੇ ਰਸੂਲਪੁਰ ਦੀਆਂ ਟੀਮਾਂ ਜਲਦੀ ਨਾਲ ਪਹੁੰਚਣ ਮੇਰੀ ਬੇਨਤੀ ਹੈ। ਸੈਕਿੰਡ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾਣਾ ਰਸੂਲਪੁਰ ਤੇ ਹਾਸ ਕਲਾ। ਹਾਂਜੀ, ਰਾਜ ਝੋਟ ਸਿੰਘ ਦੋਨਾਂ ਵੀਰਾਂ ਦਾ ਅਸੀਂ ਕਲੱਬ ਵੱਲੋਂ ਸਨਮਾਨ ਕਰਨਾ। ਫੋਟੋਗ੍ਰਾਫਰ ਆ ਜਾਓ ਪ੍ਰਧਾਨ ਜੀ, ਤੁਸੀਂ ਕਰ ਦਿਓ। ਹਾਸ ਕਲਾਂ ਤੇ ਰਸੂਲਪੁਰ ਪਿੰਡ ਦੀਆਂ ਟੀਮਾਂ ਦਾ ਮੈਚ ਖੇਡਿਆ ਜਾਣਾ। ਬੁਰਜ ਹਰੀ ਸਿੰਘ ਤੇ ਗਹਿਲਾ, ਬੁਰਜ ਹਰੀ ਸਿੰਘ ਤੇ ਜੌਲਾ, ਇਹ ਟੀਮਾਂ ਦੂਜੇ ਮੈਚ ਲਈ ਪਹੁੰਚਣ। ਦਰਸ਼ਕ ਵੀ ਸੀਨੀਵਾਲ ਤੇ ਰੋਡੂ ਕਲੱਬ, ਬਾਬਾ ਰੋਡੂ ਕਲੱਬ ਕੌਂਕੇ, ਦੋਦਰ ਤੇ ਬਾਬਾ ਰੋਡੂ ਕਲੱਬ ਚੂੜ ਚੱਕ, ਭਗਵਾਨਪੁਰ ਪੁਰਾ ਤੇ ਅੰਬੀ ਕਲੱਬ ਠੂਰ। ਦਰਸ਼ਕ ਵੀਰਿਓ, ਸੈਕਿੰਡ ਰਾਊਂਡ ਦਾ ਪਹਿਲਾ ਮੈਚ ਆ, ਜਿੰਨਾ ਚਿਰ ਟੀਮਾਂ ਨਹੀਂ ਪੁੱਜਦੀਆਂ। ਆ ਸਾਡੇ ਵੀਰ ਨੇ ਇੱਕ ਨੇ ਕਬੱਡੀ ਤੇ ਗਾਣਾ ਲਿਖਿਆ, ਆਪਾਂ ਇਸ ਵੀਰ ਦਾ ਵੀ ਤਾੜੀਆਂ ਨਾਲ ਸਵਾਗਤ ਕਰਨਾ ਤੇ ਸਾਡਾ ਵੀਰ ਕਬੱਡੀ ਵਾਲਾ ਗਾਣਾ ਸੁਣਾ ਰਿਹਾ ਸਾਰੇ ਦਰਸ਼ਕ ਵੀਰਾਂ ਨੂੰ। ਲਵ ਯੂ ਵੀਰ। ਸਭ ਤੋਂ ਪਹਿਲਾਂ ਜੀ, ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਜੀ। ਸਭ ਤੋਂ ਪਹਿਲਾਂ ਮੇਰਾ ਵੀਰ ਜੀਵਨ, ਜਿਨ੍ਹਾਂ ਨੇ ਮੈਨੂੰ ਗਾਉਣ ਦਾ ਮੌਕਾ ਦਿੱਤਾ ਇੱਥੇ ਤੁਹਾਡੇ ਸਾਹਮਣੇ ਆਉਣ ਦਾ, ਤੇ ਮੇਰਾ ਵੀਰ ਵਿੱਕੀ, ਜਿਹਨੇ ਕਿਹਾ ਵੀ ਆਪਾਂ ਇੱਥੇ ਗਾਉਣਾ ਗਾਉਣਾ। ਤੇ ਵੈਸੇ ਤਾਂ ਮੈਂ ਸਿੰਗਰ ਸੁੰਗਰ ਤਾਂ ਹੈ ਨਹੀਂ ਜੀ, ਮਾੜਾ ਮੋਟਾ ਮਾੜਾ ਮੋਟਾ ਗਾਗੂ ਲਈਦਾ। ਜੇ ਗਲਤੀ ਹੋ ਗਈ ਪਲੀਜ਼ ਮਾਫ ਕਰ ਦਿਓ, ਛੋਟਾ ਵੀਰ ਸਮਝ ਕੇ। ਹੋ ਵਿੱਚੋਂ ਮੈਦਾਨ ਜਦੋਂ ਆਉਂਦਾ ਬੱਲੀਏ, ਰੇੜੀ ਉੱਤੇ ਰੇੜਿਓ ਤਾਂ ਪਾਉਂਦਾ ਬੱਲੀਏ। ਹੋ ਵਿੱਚੋਂ ਮੈਦਾਨ ਜਦੋਂ ਆਉਂਦਾ ਬੱਲੀਏ, ਰੇੜੀ ਉੱਤੇ ਰੇੜਿਓ ਤਾਂ ਪਾਉਂਦਾ ਬੱਲੀਏ। ਗੱਜ ਜੁੱਡੀ ਝੋੜੀ ਛਾਤੀ ਕੱਢੀ ਸੋਹਣੀਏ, ਗੱਜ ਜੁੱਡੀ ਝੋੜੀ ਛਾਤੀ ਕੱਢੀ ਸੋਹਣੀਏ। ਦੇਖ ਮੁੰਡਾ ਖੇਡਦਾ, ਹੋ ਦੇਖ ਮੁੰਡਾ ਖੇਡਦਾ ਕਬੱਡੀ ਸੋਹਣੀਏ, ਹੋ ਦੇਖ ਜੱਟ ਖੇਡਦਾ ਕਬੱਡੀ ਸੋਹਣੀਏ। ਪਾਲਿਆ ਸਰੀਰ ਉਹਨੇ ਝੁੰਗ ਬੂਰੀਆਂ, ਖਾਧੀਆਂ ਹੈ ਉਹਨੇ ਦੇਸੀ ਘਿਓ ਚ ਚੂਰੀਆਂ। ਹੋ ਪਾਲਿਆ ਸਰੀਰ ਉਹਨੇ ਝੁੰਗ ਬੂਰੀਆਂ, ਖਾਧੀਆਂ ਹੈ ਉਹਨੇ ਦੇਸੀ ਘਿਓ ਚ ਚੂਰੀਆਂ। ਹੋ ਮਾਰੀ ਜਾਂਦਾ ਮਾਲਿਓ ਤਾਂ ਵੱਡੀ ਸੋਹਣੀਏ, ਮਾਰੀ ਜਾਂਦਾ ਮਾਲਿਓ ਤਾਂ ਵੱਡੀ ਸੋਹਣੀਏ। ਦੇਖ ਮੁੰਡਾ ਖੇਡਦਾ, ਹਾਂ ਦੇਖ ਮੁੰਡਾ ਖੇਡਦਾ ਕਬੱਡੀ ਸੋਹਣੀਏ, ਹੋ ਦੇਖ ਮੁੰਡਾ ਖੇਡਦਾ ਕਬੱਡੀ ਸੋਹਣੀਏ। ਬਨਵਾਲੀ ਪੁਰੀਆਂ ਤਾਂ ਮੌਜਾਂ ਮਾਣਦਾ, ਦੇਸੇ ਨੂੰ ਤਾਂ ਹੁਣ ਸਾਰਾ ਜੱਗ ਜਾਣਦਾ। ਕੈਮੀ ਨੇ ਤਾਂ ਝੰਡੀ ਹੁਣ ਗੱਡੀ ਸੋਹਣੀਏ, ਦੇਖ ਮੁੰਡਾ ਖੇਡਦਾ, ਹੋ ਦੇਖ ਮੁੰਡਾ ਖੇਡਦਾ ਕਬੱਡੀ ਸੋਹਣੀਏ, ਹੋ ਦੇਖ ਜੱਟ ਖੇਡਦਾ ਕਬੱਡੀ ਸੋਹਣੀਏ। ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਹੈਲੋ ਦਰਸ਼ਕ ਵੀਰ, ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਇਸ ਵੀਰ ਦੇ ਲਈ। ਦੇਖ ਮੁੰਡਾ ਖੇਡਦਾ ਕਬੱਡੀ ਸੋਹਣੀਏ। ਰਸੂਲਪੁਰ ਤੇ ਹਾਸ ਕਲਾਂ, ਰਸੂਲਪੁਰ ਤੇ ਹਾਸ ਕਲਾਂ ਦੀਆਂ ਟੀਮਾਂ ਨੂੰ ਬੇਨਤੀ ਆ। ਬੁਰਜ ਹਰੀ ਸਿੰਘ ਤੇ ਗਹਿਲਾ, ਹਾਸ ਕਲਾਂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਆ, ਮੇਰੀ ਬੇਨਤੀ ਰਸੂਲਪੁਰ ਦੀ ਟੀਮ ਨੂੰ ਅਨਾਊਂਸਮੈਂਟ ਆ, ਗਰਾਊਂਡ 'ਚ ਆ ਜਾਵੇ ਰਸੂਲਪੁਰ। ਹਾਸ ਕਲਾਂ ਤੇ ਰਸੂਲਪੁਰ, ਹਾਸ ਕਲਾਂ ਦੀ ਟੀਮ। ਹਰਮਨ ਮਹਿਲ ਕਲਾਂ ਇਸ ਮੈਚ ਦੀ ਕਮੈਂਟਰੀ ਕਰਨਗੇ, ਹਰਮਨ ਮਹਿਲ ਕਲਾਂ। ਹਾਸ ਕਲਾਂ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਆ, ਰਸੂਲਪੁਰ ਦੀ ਟੀਮ ਉਹ ਵੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਰਸੂਲਪੁਰ ਦੀ ਟੀਮ। ਬਹੁਤ ਤਕੜਾ ਮੈਚ, ਕੱਦੂਣੀ
कंते उन्हां दा बहुत वड्डा नाम है रसूलपुर पिंड दा। कालू कनेडा दे विच ब्याह दे बंधना दे विच वजिया करमपाल सिंह जी सिद्धू लंडेके वाले उन्हां दी बदौलत आ। रसूलपुर दी टीम ग्राउंड च पहुंच जावे वीर, रसूलपुर दी टीम पहुंच गई। रसूलपुर दी टीम उधर हंता गिद्दड़ पिंडी दा कबड्डी दा स्टार साडा वीर कनेडा दे विच वसदा वी हांस कलां दी टीम ਦੇ ਵੱਲੋਂ ਖੇਡਣ ਲਈ ਪੁੱਜਿਆ ਕੁਲਵਿੰਦਰ ਮੋਹੀ ਵਰਗੇ ਤੇ ਮੈਚ ਤੇ ਸਾਡਾ ਵੀਰ ਹਰਮਨ। ਹੈਲੋ ਹਾਂਸ ਕਲਾਂ ਤੇ ਰਸੂਲਪੁਰ ਦੇ ਦਰਮਿਆਨ ਮਾਂ ਖੇਡ ਕਬੱਡੀ ਦਾ ਬੜਾ ਸੋਹਣਾ ਮੈਚ ਖੇਡਿਆ ਜਾਣਾ। हरजीत एंड तलवार कबड्डी क्लब जगराऊं दी टीम दी जिंद जान रहा मेरे वीरों स्टार रहा हैप्पी पंडित, वह भी अज बड़े लंबे समय तो बाद इन्हां खेड दे ग्राउंडां दे नाल जुड़िया है। हांस कलां ते रसूलपुर दे दरमियान बड़ा सोहना मैच खेडा जाणा मां खेड कबड्डी दा। ग्यारह बारह फरवरी जिहड़ी सिद्धमा कला कबड्डी कप प्रधान बिंदर मनीला बिल्लू साडा वीर जूके वाला ऐलान करदा ग्यारह बारह फरवरी जिहड़ी सिद्धमा कला कबड्डी कप दी है मेरे वीरो। आ मैच बहुत वधिया लगना माखिड कबड्डी दा हांस कलां ते रसूलपुर दे दरमियान। ते अगला मैच भी ਮੈਂਟੂ ਵੀਰ ਜੀ ਬੋਲ ਦਿਓ ਉਪਰੋਂ ਮੈਕ ਤੋਂ ਅਗਲਾ ਮੈਚ ਜਿਹੜਾ ਬੁਰਜ ਹਰੀ ਸਿੰਘ ਤੇ ਗਹਿਲਾ ਇਹ ਵੀ ਟੀਮਾਂ ਤਿਆਰੀ ਹੋ ਗਈਆਂ। ਉਸ ਤੋਂ ਅਗਲਾ ਮੈਚ ਦੋਦਰ ਤੇ ਬਾਬਾ ਰੋਡੂ ਕਲੱਬ ਚੂੜ ਚੱਕ ਸੀਨੀਵਾਲ ਤੇ ਬਾਬਾ ਰੋਡੂ ਕਲੱਬ ਕੌਂਕੇ ਭਗਵਾਨਪੁਰਾ ਤੇ ਅੰਬੀ ਕਲੱਬ ਠੂਰ ਦੜਬਾ ਬਾਈ ਚਾ ਜੀ। लो मैच मेरे वीरों स्टार्ट होने लग्या। बहुत तकड़ा मैच खेडा जाना मां खेड कबड्डी का। एक पासे टीम जिहड़ी रसूलपुर की होनी है ते दूसरे पासे हांस कलां की टीम होनी है। मेरे वीर अज हैप्पी भी कबड्डियां पावेगा नाल हरजीत एंड तलवार कबड्डी क्लब का सिरे का जाफी मेरे वीरों फुल्लांवाल दे सिंदरी वर्गा जाफी है। संदीप मेरे वीरों रामगढ़ वाला वह भी तकड़े जफे लाऊगा ते मैच बड़ा सोहना खेडा जाना दोनों टीमों के दरमियान। उधर मेरे वीरो ऐलान करते हैं 2016 आजाद सेवा सोसायटी पंजाब का चेयरमैन कहते भी 14 फरवरी जी 2016 के बहुत बड़ी बजट वाली होनी है क्योंकि बड़े प्राइज ते बड़े नाम मेरे वीरो दिते जाने ने नाल बाबा सोहन सिंह जी गिन्नी साडा वीर रायकोटिया वह भी विशेष तौर पर पुज्या होया। सारे सत्कारयोग वीरां दा धन्नवाद। कमालपुरे की धरती ते भी 1 तरीक नूं 1 लख रुपया ते 75,000 दे प्राइज होणगे ते बुलट मोटरसाइकिल दिते जाणे ने बैठ जाफी ते रेडर लई। 9 तरीक जिहड़ी गंगोरा दे कबड्डी कप की होनी है। 27 तरीक महल खुर दे कबड्डी कप की होनी है। दर्शक वीर जिहड़े नोट कर ले 7 तरीक जिहड़ी चन्नण वाल दे कबड्डी कप की होनी है। अगला मैच बुरज हरी सिंह ते गहला ने भी टीम तैयारी फड़ के खेड मैदान दे विच आ जाणगीआं। गोल्डी आप आई यार
ਲੈ ਪਹਿਲੀ ਕਬੱਡੀ ਕਹਿੰਦੇ ਨੌਜਵਾਨ ਰਸੂਲਪੁਰੀਆ ਉੱਡ ਗਿਆ ਕਹਿੰਦੇ ਪਿਆਰ ਨਾਲ ਚਿੜੀ ਕਹਿੰਦੇ ਉਹ ਵੇਖ ਰਹੇ ਆ ਮੇਰੇ ਵੀਰੋ ਸਿਰੇ ਚਿੜੀ ਦੀ ਪਈ ਹੋਈ ਕਬੱਡੀ ਤੇ ਚਾਰ ਜਾਫੀ ਮੇਰੇ ਵੀਰੋ ਕਹਿੰਦੇ ਨੌਜਵਾਨ ਗਿੱਦੜ ਪਿੰਡੀ ਧਰਤੀ ਦਾ ਹੰਤਾ ਮੇਰੇ ਵੀਰੋ ਅਨਵੈਂਟਰ ਦੇ ਵਿੱਚ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਜਾ ਵਸਿਆ ਤੇ ਉਹਦੇ ਪਾਸੇ ਤਰਸੇਮ ਕੁਮਾਰ ਜੀ ਸੰਧੌੜ ਵਾਲੇ ਕਰਦੇ ਆ ਫੈਸਲਾ ਪੁਆਇੰਟ ਜਿਹੜਾ ਰਸੂਲਪੁਰ ਦੀ ਟੀਮ ਦੇ ਇੱਥੇ ਜੁੜਦਾ ਕਹਿੰਦੇ ਪਿਆਰ ਨਾਲ ਮਰੱਟਾ ਕਹਿੰਦੇ ਉਸ ਗਬਰੂ ਨੂੰ ਜਿਹਨੇ ਹੁਣ ਕਬੱਡੀ ਪਾਈ ਆ ਮੇਰੇ ਵੀਰੋ ਹਾਂਸ ਕਲਾਂ ਵਾਲੇ ਮਰੱਟੇ ਦੀ ਪਈ ਹੋਈ ਕਬੱਡੀ ਤੇ ਇੱਕ ਪਾਸੇ ਗਬਰੂ ਸੰਦੀਪ ਮੇਰੇ ਵੀਰੋ ਰਾਮਗੜ੍ਹ ਦੀ ਧਰਤੀ ਦਾ ਮਾਣ ਕਰਦਾ ਸਿੱਧਮਾ ਦਾ ਚੈਨ ਆ ਇਸ ਗਬਰੂ ਤੇ ਗੁਲਜ਼ਾਰ ਹੋਰੀ ਮਾਣ ਕਰਦੇ ਸਿੱਧਮਾ ਵਾਲੇ ਮੇਰੇ ਵੀਰੋ ਲਓ ਵੇਖਦੇ ਹਾਂ ਵੀ ਬਿੰਦੂ ਬਾਹ ਗਬਰੂ ਆ ਇੱਕੋ ਜਿਹੀਆਂ ਪੱਟੀਆਂ ਨੇ ਤੇ ਉਹਦੇ ਪਾਸੇ ਮੇਰੇ ਵੀਰੋ ਕੀਤੀ ਹੋਈ ਟਰਾਈ ਬਿੰਦੂ ਦੀ ਤੇ ਪੁਆਇੰਟ ਧਾਵੀ ਦਾ ਸੰਦੀਪ ਤੇ ਬਿੰਦੂ ਇੱਕੋ ਜਿਹੇ ਨੇ ਉਹ ਵੇਖਦੇ ਆ ਹੈਪੀ ਪੰਡਿਤ ਦੀ ਪਈ ਹੋਈ ਕਬੱਡੀ ਦਰਸ਼ਕ ਵੀਰੋ ਦੇ ਦਿਓ ਹੌਸਲਾ ਮੇਰੇ ਵੀਰੋ ਬੜੇ ਲੰਮੇ ਸਮੇਂ ਤੋਂ ਬਾਅਦ ਇਹ ਖੇਡ ਦੇ ਗਰਾਊਂਡਾਂ ਨਾਲ ਜੁੜਿਆ ਹਰਜੀਤ ਪਿੰਡ ਤਲਵਾਰ ਕਬੱਡੀ ਕਲੱਬ ਜਰੌਂ ਦੀ ਟੀਮ ਦਾ ਸਿਰੇ ਦਾ ਧਾਵੀ ਉਂਗਲੀ ਖੜੀ ਕਰਦਾ ਅੱਜ ਵੀ ਮੇਰੇ ਵੀਰੋ ਜੋਸ਼ ਭਰਦਾ ਜਾਨਦਾਰ ਪਲੇਅਰ ਹੈ ਤੇ ਆਪਣੀ ਟੀਮ ਇਸੇ ਲੱਖਾ ਜਿਹਾ ਪਿੰਡ ਜੋੜਦਾ ਜਿਹੜੇ ਪਲੀਜ਼ ਵਾਧੂ ਪਲੇਅਰ ਨੇ ਤੇ ਪਲੀਜ਼ ਬੈਠ ਜਾਣਗੇ ਕੋਈ ਵੀ ਪਲੇਅਰ ਜਾਂ ਸਾਡਾ ਵੀਰ ਖੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਦਰਸ਼ਕਾਂ ਨੂੰ ਪ੍ਰੋਬਲਮ ਨਾ ਆਵੇ ਰੂਮੀ ਦੀ ਧਰਤੀ ਤੇ ਅੱਜ ਬਹੁਤ ਵੱਡੇ ਜਿਹੜੇ ਮੈਚ ਖੇਡੇ ਜਾਣੇ ਨੇ ਦਰਸ਼ਕ ਵੀਰੋ ਇੱਕ ਤੇ ਇੱਕ ਪਲੇਅਰ ਆਉਣਾ ਇੱਕ ਪਾਸੇ ਰਾਮਗੜ੍ਹ ਦੀ ਧਰਤੀ ਦਾ ਸੰਦੀਪ ਹੈ ਕਹਿੰਦੇ ਸਿਰੇ ਦਾ ਜਾਫੀ ਕਰਦਾ ਟਰਾਈ ਤੇ ਕੁਲਵਿੰਦਰ ਮੋਹੀ ਦਾ ਆਪਣੀ ਟੀਮ ਇਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਪਾ ਵੀ ਗਬਰੂਆ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਮਾਣੂ ਕੇ ਸੰਧੂਆਂ ਦੀ ਧਰਤੀ ਤੇ ਪਿਛਲੇ ਸਾਲ ਟੂਰਨਾਮੈਂਟ ਹੋਇਆ ਤਾਂ ਗਬਰੂ ਨੇ ਮੇਰੇ ਵੀਰੋ ਯਾਦਗਾਰ ਕਬੱਡੀਆਂ ਪਾਈਆਂ ਉਹ ਵੇਖ ਰਹੇ ਹਾਂ ਵੀ ਪਈ ਹੋਈ ਕਬੱਡੀ ਰਸੂਲਪੁਰੀ ਹੈ ਮੇਰੇ ਵੀਰੋ ਚਿੜੀ ਦੀ ਤੇ ਉਹਦੇ ਪਾਸੇ ਮੇਰੇ ਵੀਰੋ ਕਰਿਆ ਟੱਚ ਇਸ ਗਬਰੂ ਨੂੰ ਗੋਰੀ ਨੂੰ ਟੱਚ ਕੀਤਾ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਪਾਵੀ ਅਮਨ ਨੌਜਵਾਨ ਕਬੱਡੀ ਮਾਰੀ ਪੱਟ ਤੇ ਥਾਪੀ ਭਰਦਾ ਜੋਸ਼ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਅੜ ਗਿਆ ਮੇਰੇ ਵੀਰੋ ਕਿੱਲ ਦੀ ਤਰ੍ਹਾਂ ਹੁਣ ਵੇਖਦੇ ਹਾਂ ਵੀ ਰਾਮਗੜ੍ਹੀਆ ਸੰਦੀਪ ਕਿਹੋ ਜਿਹੀ ਗੱਲ ਕਰਦਾ ਹੈ ਪੁਆਇੰਟ ਧਾਵੀ ਦਾ ਅਮਨਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਪਾਵੀ ਲੱਖਿਆ ਨੌਜਵਾਨ ਕਹਿੰਦੇ ਸੁਰਖਪੁਰ ਦੇ ਦੁੱਲੇ ਦੇ ਫਾਦਰ ਦਾ ਨਾਮ ਵੀ ਮੇਰੇ ਵੀਰੋ ਤੇਜਾ ਸਿੰਘ ਨੰਬਰਦਾਰ ਹੈ ਇਸ ਗਬਰੂ ਦੇ ਬਾਪ ਦਾ ਵੀ ਨਾਂ ਤੇਜਾ ਸਿੰਘ ਨੰਬਰਦਾਰ ਹੈ ਆਓ ਵੇਖਦੇ ਹਾਂ ਪਹਿਲਾਂ ਹਾਕੀ ਦਾ ਪਲੇਅਰ ਰਿਹਾ ਹੁਣ ਤਾਂ ਗਿੱਦੜ ਪਿੰਡੀ ਦਾ ਕਹਿੰਦੇ ਸਦਾਈ ਹੈ ਕਬੱਡੀ ਦਾ ਕੈਨੇਡਾ ਦੇ ਵਿੱਚ ਖੇਡਿਆ ਨੌਜਵਾਨ ਗਬਰੂ ਧੰਨ ਧੰਨ ਕਰਵਾਤੀ ਇੱਕ ਵਾਰੀ ਤਾੜੀ ਗੱਡ ਕੇ ਮਾਰ ਦਿਓ ਦਰਸ਼ਕ ਵੀਰੋ ਇੱਕ ਲਲਕਾਰਾ ਮਾਰ ਦਿਓ ਤਾਂ ਟੂਰਨਾਮੈਂਟ ਵਧੀਆ ਲੱਗਦਾ ਜਾਂਦੇ ਰਹੋ ਤੇ ਅਗਲੀ ਕਬੱਡੀ ਵੇਖਦਾ ਕਿਹੜਾ ਗਬਰੂ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਉਂਦਾ ਉਧਰ ਸਾਡੇ ਵੀਰ ਪ੍ਰਦੀਪ ਹੋਰੀ ਹੈਪੀ ਟੈਣੇ ਹੋਣੀ ਸਾਰੇ ਸਤਿਕਾਰਯੋਗ ਵੀਰ ਨੇ ਸਿਲਵਰਾ ਵਾਲੇ ਮੇਰੇ ਵੀਰੋ 365 kabaddi.com ਅੱਜ ਰੂਮੀ ਦਾ ਕਬੱਡੀ ਕੱਪ ਪੂਰੀ ਦੁਨੀਆ ਦੇ ਵਿੱਚ ਲਾਈਵ ਕਰ ਰਹੀ ਹੈ ਇਧਰਲੇ ਪਾਸੇ ਮਰੱਟੇ ਦੀ ਪਈ ਹੋਈ ਕਬੱਡੀ ਤੇ ਆਓ ਵੇਖਦੇ ਹਾਂ ਗਬਰੂ ਮੇਰੇ ਵੀਰੋ ਦਿੱਲੀ ਨੌਜਵਾਨ ਗਬਰੂ ਡੱਕ ਪਾਊ ਕਿ ਨਹੀਂ ਮਿੱਤਰੋ ਪੁਆਇੰਟ ਮਰੱਟੇ ਨੇ ਹਾਂਸ ਕਲਾਂ ਦੀ ਟੀਮ ਦੇ ਹਿੱਸੇ ਜੋੜਿਆ ਬੁਰਜ ਹਰੀ ਸਿੰਘ ਵਾਲਾ ਤੇ ਗਹਿਲਾਂ ਦਾ ਮੈਚ ਬੜਾ ਸੋਹਣਾ ਖੇਡਿਆ ਜਾਣਾ ਉਹ ਵੀ ਟੀਮਾਂ ਤਿਆਰੀ ਫੜ ਕੇ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਲਓ ਇਧਰੇ ਪਾਸੇ ਹੈਪੀ ਪੰਡਿਤ ਦੀ ਪਈ ਹੋਈ ਕਬੱਡੀ ਤੇ ਗਬਰੂ ਕਰਦਾ ਟਰਾਈ ਤੇ ਪੁਆਇੰਟ ਧਾਵੀ ਦਾ ਜੀ ਪੁਆਇੰਟ ਧਾਵੀ ਦਾ ਪੁਆਇੰਟ ਇਸ ਗਬਰੂ ਦਾ ਮੈਂ ਕਹਾਂ ਜੀ ਦਰਸ਼ਕਾਂ ਨੂੰ ਪੁੱਛਿਓ ਜੀ ਜੇ ਸਾਡਾ ਪ੍ਰਬੰਧ ਵਧੀਆ ਲੱਗਿਆ ਤਾਂ ਤਾੜੀ ਮਰਵਾ ਦਿਓ ਜੀ ਜਿੰਨੇ ਜੁਕੇ ਹੋਏ ਵਧੀਆ ਕਰ ਦਿਓ ਇੱਕ ਵਾਰੀ ਪ੍ਰਬੰਧਕਾਂ ਦੇ ਨਾਂ ਤੇ ਵੀ ਗੱਡ ਕੇ ਤਾੜੀ ਮਾਰ ਦਿਓ ਕਿਉਂਕਿ ਅਗਲੇ ਮੈਚ ਬੜੇ ਸੋਹਣੇ ਖੇਡੇ ਜਾਣੇ ਨੇ ਆਹ ਵੇਖਦੇ ਆ ਕਹਿੰਦੇ ਗਬਰੂ ਸਟਾਰ ਹੈ ਜਾਫੀ ਦਾ ਜਾਫੀ ਮੇਰੇ ਵੀਰੋ ਰਾਏਕੋਟ ਦੇ ਕਬੱਡੀ ਕੱਪ ਤੇ ਇਸ ਗਬਰੂ ਨੇ ਪਿਛਲੇ ਸਾਲਾਂ ਦੇ ਵਿੱਚ ਮੋਟਰਸਾਈਕਲ ਜਿੱਤਿਆ ਜੱਸੀ ਨੇ ਬਹੁਤ ਤਕੜਾ ਲਾਇਆ ਜਫਾ ਪਾਵੀ ਰਸੂਲਪੁਰੀਆ ਨੌਜਵਾਨ ਚਿੜੀ ਦੀ ਸਿਰੇ ਦੀ ਪੈਂਦੀ ਹੋਈ ਕਬੱਡੀ ਜਿੱਥੋਂ ਦਾ ਕਹਿੰਦੇ ਮਸਤਾਂ ਦੇ ਤੌਰ ਤੇ ਕਾਲੂ ਜਾਣਿਆ ਜਾਂਦਾ ਕਿ ਮਸਤਾਂ ਦੇ ਤੌਰ ਤੇ ਉਹਨੂੰ ਲੋਕ ਜਾਣਦੇ ਛੇਤੀ ਤਾਂ ਨਹੀਂ ਲੋਕ ਉਹ ਜਾਂਦਾ ਫੜਿਆ ਰਸੂਲਪੁਰੀਏ ਕਾਲੂ ਦਾ ਨਾਮ ਬੱਚੇ ਦੀ ਜਵਾਨ ਉੱਤੇ ਆ ਚੜਿਆ ਇਧਰਲੇ ਪਾਸੇ ਉਸਦਾ ਗਰਾਈ ਇੱਕ ਪਾਸੇ ਕਹਿੰਦੇ ਬੜਾ ਜ਼ਾਲਮ ਜਾਫੀ ਹੈ ਇੱਕ ਜ਼ੋਰ ਨਾਲ ਜਫਾ ਲਾਉਂਦਾ ਮੇਰੇ ਵੀਰੋ ਭੈਣੀ ਦੇ ਨੋਨੇ ਦੀ ਤਰ੍ਹਾਂ ਕਰਦਾ ਟਰਾਈ ਪੁਆਇੰਟ ਰਸੂਲਪੁਰ ਦੀ ਧਰਤੀ ਦਾ ਚਿੜੀ ਆਪਣੀ ਟੀਮ ਇਸੇ ਜੋੜਦਾ ਪ੍ਰਧਾਨ ਇੰਦਰਜੀਤ ਜੀਤਾ ਸਟੇਜ ਤੇ ਆਵੇ
लो देखते हैं बिंदु पॉइंट की दा जी पॉइंट धावी का तरसेम कुमार संदौड़ वाले ते नाल इकबाल सिंह मेरे वीर मद्दो के दा अपने समय का स्टार रहा मेरे वीर अज कर दा फैसला ते दूसरे पासे खेड़ मैदान दे विच मेरे वीरों हैप्पी परमा जुस्सा कमांटल दे नेड़ मेरे वीरों बजन होना है और वेखदे आ काला कहिंदे बड़ा फुरतीला जाफी है ते पॉइंट धावी दे हिस्से जुड़दा पॉइंट मेरे वीरों धावी दे हिस्से जुड़दा पा भी मरटिया नौजवाना कबड्डी अगली कबड्डी पाउण दे लई मरटा फिर वध्या होया कि बखरी बनाउणी मिसाल जग ते इन्नी सौखी नहीं है खेड़ मित्रों पुत बगानिया दे बेड़े विच पाउणी ते बड़ी औखी हुंदी रेड़ मित्रों पुत बगानिया दे बेड़े विच पाउणी लो कहिंदे जस्सी बहुत तकड़ा लाके जफा अपनी टीम दे लई लखा जिहा पॉइंट जोड़दा सारे सत्कारयोग वीर जिन्ने भी रब रूही संगतां पुज्जियां होईयां ने मेरे वीरों मैचां दा नजारा ही वखरा क्योंकि रूमी दी धरती भागां वाली है जिथे कबड्डी दे स्टार होए ने जिथे हॉकी पूरी दुनिया च फेमस आ मेरे वीरों सरदार मेटूरी साडे वीर वड्डी जिम्मेवारी है कहंदे ते अजर रिकॉर्ड पैदा होना लंडियां जीपां दित्तियां जाणियां ने वड्डे प्राइज ने गड्डियां दित्तियां जाणियां ने हंता ते दूसरे पासे वेखदे आ मेरे वीरों हुण गबरू कहो जी गल आउंदी है एक पासे गिद्दड़ बिंडी दा हंता ते रसूलपुरी आ चिड़ी उंगली खड़ी करदा पॉइंट जिहड़ा धावी दे हिस्से जुड़दा पा भी कुलविंदर नौजवाना कबड्डी खेड़ मैदान दे विच मेरे वीरों पतला पतंग जिहा गबरू कबड्डी पाउंदा कि मुंडे कबड्डी खेडण भी खेडण विच खाड़े आ के चेहरे दगदे शेरां दे रखदे डौलियां नूं लसका के दुनिया पहुंची गई है दूरों नेड़ो हम हम आ के सिंघ फस गए कुंडियां दे मित्रा बहि जा गोडी ला के अज कुंडियां दे सिंघ फसण तों वड्डी गल है आ वेखदे आ लखां मीणियां दा हरजीत अड़ तलवार कबड्डी क्लब जगराओं दी टीम दा सिरे दा धावी मेरे वीरों वध के कबड्डी पाउंदा ते पॉइंट अपनी टीम हिस्से जोड़दा पॉइंट मेरे वीरों रसूलपुर दी टीम दे हिस्से जोड़दा पावी गबरुआ कबड्डी लो अमन अगली कबड्डी पाउण दे लई खेड़ मैदान दे विच वध्या होया कौडी कौडी खेड़ मुंडिया तेरे जोर तों सदके जावां तेरे ना पंजाब वसदा तैनू तत्तियां ना लगण हवावां कौडी कौडी खेड़ मुंडिया तेरे जोर तों सदके जावां पावी गबरुआ अगली कबड्डी लो हैप्पी रसूलपुर दी धरती ना मेरे वीरों पंडित अगली कबड्डी पाउण दे लई खेड़ मैदान दे विच मेरे वीरों फिर वाधा होया कि पी के दुध तों मलाइयां यारो चट दे खेड़ खेड़ के कबड्डी वाहवा खट दे साडी कौम दा ए सरमाया ते पंजाब दी ए शान मित्रों इन्हां हीरियां ते रंगले पंजाब नूं सदा ही रू माण मित्रों एक पासे काला कहिंदे नौजवान गबरू पर माखिड़ कबड्डी दा वड्डा तजर्बा मेरे वीरों रसूलपुरी पंडित नूं अपनी टीम हिस्से लखा जिहा पॉइंट जोड़दा एक पासे मरटा कद इको जे ने मेरे वीरों पट्टियां इको जिहियां ने खुराकां ते तकनीकां वखो वखरियां ने ते सफलता धावी दे पैर चुम्मदी होई पॉइंट मेरे वीरों धावी दे हिस्से जुड़दा पॉइंट धावी दे हिस्से जुड़दा पावी गबरुआ अगली कबड्डी खेड मैदान दे विच के खड़े भुखे ते त्याए बड़ी दूरों दूरों आए दे खिडारियां दे शरीर इन्हां नूं ना किसे गल दी घाट रड़ के बोलदा कबड्डी दा जनून अज प्लेयरां दी गल है दर्शकां दे सिर चढ़ के प्लेयर भी मेरे वीरों आनंद माणदे है दर्शकां दा भी नजारा वखरा है रूमी दी धरती ऐन चप्पा चप्पा महकिया पिया मेरे वीरों चार सपेरा भरिया भरिया जापदा क्योंकि बड़े उपराले कीते आ मेरे वीरों सारी प्रबंधक कमेटी दा बहुत वड्डा योगदान है आओ वेखदे आं पै गया पंगा मेरे वीरों हुण वेखदे आं ਕਿਹੜਾ ਲਾਉਂਦਾ ਜੱਫਾ ਗਬਰੂ ਆਓ ਸੰਦੀਪ ਡੀ ਦਰਮਿਆਨ ਟੱਕਰ ਬੱਲੇ 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 ਮਾਂ ਖੇਡ ਕਬੱਡੀ ਦੀ ਵਾਹ ਓਏ ਗਬਰੂਆ ਪਾਵੀ ਨੌਜਵਾਨਾ ਕਬੱਡੀ ਅਗਲੀ ਕਬੱਡੀ ਮੇਰੇ ਵੀਰੋ ਫਿਰ ਵੱਧ ਕੇ ਪਾਉਂਦਾ ਟੇਕ ਧਰਤੀ ਮਾਂ ਨੂੰ ਮੱਥਾ ਕਿ ਮੱਥਾ ਟੇਕ ਕੇ ਕਰਾਂ ਮੈਂ ਤੈਨੂੰ ਯਾਦ ਮੌਲਾ ਸੱਚੇ ਮਨ ਨਾਲ ਮੇਰੀ ਇਹ ਫਰਿਆਦ ਮੌਲਾ ਇੱਕ ਇੱਕ ਨੰਬਰ ਨਾਲ ਮੇਰੀ ਇਹ ਜਿੱਤ ਹੋਣੀ ਭੱਜਾਂ ਰੇਡਾਂ ਤੇ ਖੁੱਲ ਜਾਣ ਭਾਗ ਮੌਲਾ ਜਿਹੜੇ ਗੱਭਰੂ ਤੇ ਤੇਰੀ ਇਹ ਮਿਹਰ ਹੋ ਜੇ ਉਹਦੇ ਸਿਰ ਸਜੇ ਕਬੱਡੀ ਦਾ ਤਾਜ ਮੌਲਾ ਸਗਨ ਖੋਖਰ ਨੂੰ ਪਿਆਰ ਮਿਲੇ ਜੱਗ ਕੋਲੋਂ ਐਸੇ ਬਖਸ਼ ਦੇ ਕੋਈ ਅੰਦਾਜ਼ ਮੌਲਾ ਮਰੱਟੇ ਦੀ ਪਈ ਹੋਈ ਕਬੱਡੀ ਕਹੋ ਜਾਂ ਮੇਰੇ ਵੀਰੋ ਅੰਦਾਜ਼ ਇਹ ਗੱਭਰੂ ਗਰਾਊਂਡ ਦੇ ਵਿੱਚ ਦੱਸਦਾ ਪਾਉਂਦਾ ਆਓ ਵੇਖਦੇ ਹਾਂ ਇੱਕ ਪਾਸੇ ਪਿੰਦੂ
ਪਿੰਦੂ ਮੇਰੇ ਵੀਰੋ ਵੇਖਦੇ ਹਾਂ ਵੀ ਡੱਕ ਪਾਊ ਕਿ ਨਹੀਂ ਮਿੱਤਰੋ, ਬੜਾ ਫਰਤੀਲਾ ਮੇਰੇ ਵੀਰੋ, ਮਾਣੂ ਕੇ ਗੱਲਾਂ ਦੇ ਜੀਵਨ ਵਾਂਗੂ ਡਾਜ ਬੜੀ ਕਰਾਰੀ ਮਾਰਦਾ ਹੈ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ। ਧਾਵੀ ਹੈਪੀ ਅਗਲੀ ਕਬੱਡੀ ਅਗਲੇ ਮੈਚ ਦੇ ਲਈ। ਸਰਦਾਰ ਜਗਜੀਤ ਸਿੰਘ ਜੀ ਰਾਖੜਾ ਕੈਬਨਿਟ ਮੰਤਰੀ ਪੰਜਾਬ ਕੋਈ ਥੋੜੇ ਟਾਈਮ ਲਈ ਪੁੱਜ ਰਹੇ ਨੇ। ਸਰਜੀਤ ਸਿੰਘ ਜੀ ਰਾਖੜਾ ਕੈਬਨਿਟ ਮੰਤਰੀ ਪੰਜਾਬ। ਤਾਂ ਵੀ ਗੱਭਰੂ ਅਗਲੀ ਕਬੱਡੀ ਲਓ ਫਿਰ ਅਮਨ ਅਗਲੀ ਕਬੱਡੀ ਪਾਉਂਦਾ ਅਮਨ ਲੋਪੋ ਜੀ, ਉਹ ਵੀ ਮੇਰੇ ਵੀਰੋ ਕਬੱਡੀ ਦਾ ਕਿੰਗ ਹੀਰੋ, ਮਾਖੇੜ ਕਬੱਡੀ ਦੇ ਸੋਹਣੇ ਬੋਲ ਬੋਲਦਾ ਮੇਰੇ ਵੀਰੋ, ਉਹ ਵੀ ਆਪਾਂ ਸੁਣਨੇ ਆ। ਇਧਰਲੇ ਪਾਸੇ ਇੱਕ ਪਾਸੇ ਅਮਨ, ਦੂਸਰੇ ਪਾਸੇ ਚੀਨ ਦੀ ਕੰਧ ਬਣਦਾ ਸੋਨੀ ਸਲੇਟ ਦੀ ਤਰ੍ਹਾਂ ਅੜ ਗਿਆ। ਉਹ ਵੇਖੋ ਉਹ ਵੇਖੋ ਭੱਜਿਆ ਜਾਂਦਾ, ਹੁਣ ਵੇਖਦੇ ਹਾਂ ਵੀ ਕਿਹੋ ਜਿਹੀ ਗੱਲ ਆਉਂਦੀ ਆ। ਲੱਗੇ ਹੋਇਆ ਜ਼ੋਰ ਹੈ ਪੁਆਇੰਟ ਧਾਵੀ ਦਾ। ਦਰਸ਼ਕ ਵੀਰੋ ਜੇ ਹੁਣ ਸਵਾਦ ਆ ਇੱਕ ਵਾਰੀ ਗਹਿ ਗੱਡਮੀ ਤਾੜੀ ਮਾਰ ਦਿਓ, ਕਿਉਂਕਿ ਤਾੜੀ ਖੁਰਾਕ ਹੁੰਦੀ ਹੈ ਨਾ ਪਲੇਅਰਾਂ ਦੀ। ਪਾ ਵੀ ਗੱਭਰੂਆ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਅਗਲੀ ਕਬੱਡੀ ਪਾਉਣ ਦੇ ਲਈ ਸੁਖਵਿੰਦਰ ਸਿੰਘ ਜੀ ਮਾਨ, ਉਹ ਵੀ ਇੱਥੇ ਪਹੁੰਚੇ ਆ, ਉਹਨਾਂ ਨੂੰ ਵੀ ਜੀ ਆਇਆ ਕਿਹਾ ਜਾਂਦਾ ਜੀ। ਲਓ ਖੇਡ ਮੈਦਾਨ ਦੇ ਵਿੱਚ ਰਸੂਲਪੁਰ ਦੀ ਧਰਤੀ ਦਾ ਸੁਖਵਿੰਦਰ ਸਿੰਘ ਚਿੜੀ ਆਪਣੀ ਟੀਮ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ। ਸੁਖਵਿੰਦਰ ਸੁਖਵਿੰਦਰ ਸਿੰਘ ਜੀ ASI ਸਾਡੇ ਦਰਮਿਆਨ ਪਹੁੰਚੇ ਨੇ, ਅਸੀਂ ਜੀ ਆਇਆ ਆਖਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਸਾਡਾ ਮਾਣ ਵਧਾਇਆ। ਸੁਖਵਿੰਦਰ ਸਿੰਘ ਜੀ ਜੀ ਆਇਆ ਆਖਦੇ ਹਾਂ ਉਹਨਾਂ ਨੂੰ। ਹੁਣ ਅਸੀਂ ਕਮੈਂਟੇਟਰ ਦੱਦਾ ਹੂਰ ਦਾ ਸਨਮਾਨ ਕਰਨਾ, ਮੇਰੇ ਵੀਰ ਨੇ ਤਿੰਨੇ ਦਿਨ ਸਾਡੇ ਨਾਲ ਜਿਹੜੀ ਜ਼ਿੰਮੇਵਾਰੀ ਨਿਭਾਉਂਦਾ ਉਹ ਸਾਰੀਆਂ ਗਰਾਊਂਡਾਂ ਦੀ ਸਾਰੀ ਜਿੰਨੀਆਂ ਟੀਮਾਂ ਹੁੰਦੀਆਂ 60 ਕਿੱਲੋ 75 ਕਿੱਲੋ ਬਹੁਤ ਜ਼ਿੰਮੇਵਾਰੀ ਵੱਡੀ ਮੇਰਾ ਵੀਰ ਸੰਭਾਲਦਾ। ਆਓ ਕਲੱਬ ਨੂੰ ਪ੍ਰਧਾਨ ਜੀ ਉਹਨਾਂ ਦਾ ਸਨਮਾਨ ਕਰੀਏ। ਕਮੈਂਟੇਟਰ ਬਾਈ ਹਰਵਿੰਦਰ ਸਿੰਘ ਆਪਣਾ ਹਾਸ ਕਲਾ, ਉਸ ਨੂੰ 500 ਰੁਪਇਆ ਸਾਡੇ ਉਧਰ ਦੇਖੋ ਜੀ। ਵਾਹ ਸੋਹਣਿਆ ਮੇਰੇ ਵੀਰੋ, ਪੰਗਾ ਪੈ ਗਿਆ। ਵਾਹ ਗੱਭਰੂਆ, ਕੱਲੇ ਕੱਲੇ ਗੱਭਰੂ ਤੇ ਰੋ ਪੂਰਾ ਚੜਿਆ। ਆਪਣਾ ਹਾਸ ਕਲਾ ਵਾਹ ਸੋਹਣਿਆ, 500 ਰੁਪਇਆ ਸੋਸਾਇਟੀ ਪ੍ਰਧਾਨ ਕੁਲਦੀਪ ਸਿੰਘ ਵੱਲੋਂ ਸਟੇਜ ਤੋਂ ਲੈ ਲਵੇ, ਨਾਲੇ ਆਪਣਾ ਸਨਮਾਨ ਲੈ ਲਵੇ। ਅਮਨਾ ਹਾਸ ਕਲਾਂ ਗੁਰਜੀਤ ਦੱਸ ਦਿਓ ਕਿਹਨੂੰ ਕਿਹਨੂੰ ਹੋਰ ਸਨਮਾਨ ਕਰਨਾ। ਅਮਨਾ ਹਾਸ ਕਲਾਂ ਉਹਦੀ ਖੇਡ ਤੋਂ ਕੁਲਦੀਪ ਸਿੰਘ ਪ੍ਰਧਾਨ ਕੋਆਪਰੇਟ ਸੋਸਾਇਟੀ, ਉਦੋਂ ਉਹਨਾਂ ਵੱਲੋਂ 500 ਰੁਪਏ ਦਾ ਇਨਾਮ ਦਿੱਤਾ ਜਾਣਾ। ਅਮਨਦੀਪ ਸਿੰਘ ਹਾਸ ਕਲਾਂ ਅਮਨਾ, 500 ਰੁਪਇਆ ਮੇਰੇ ਵੱਲੋਂ। ਲੋ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਲਈ ਵਧਿਆ ਹੋਇਆ। ਅਸੀਂ ਕਮੈਂਟੇਟਰ ਦੱਦਾ ਹੋਰ ਜੀ ਦਾ ਸਨਮਾਨ ਕਰਨ ਲੱਗੇ, ਇਹਨਾਂ ਦਾ ਸਨਮਾਨ ਕਰਨਗੇ ASI ਸੁਖਵਿੰਦਰ ਸਿੰਘ ਜੀ ਅਤੇ ਨਾਲ ਹਰਪਾਲ ਸਿੰਘ ਜੀ ਸੈਕਟਰੀ, ਇਹਨਾਂ ਦਾ ਸਨਮਾਨ ਕਰਨਗੇ ਜੀ, ਨਾਲ ਲਾਲ ਸਿੰਘ ਜੀ ਕੈਨੇਡਾ। ਉਦੋਂ ਹਰਵਿੰਦਰ ਸਿੰਘ ਜੀ ਦੱਦਾ ਹੋਰ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਜਾ ਰਿਹਾ। ਅਸੀਂ ਰਿਣੀ ਰਵਾਂਗੇ ਯੰਗ ਸਪੋਰਟਸ ਕਲੱਬ ਦੇ। ਇਧਰਲੇ ਪਾਸੇ ਵਰਤਮਾਨ ਖੇਡ ਕਬੱਡੀ ਦੀ ਗੱਲ ਕਰਦੇ ਆ। ਨੌਜਵਾਨ ਗੱਭਰੂ ਨੇ ਮੇਰੇ ਵੀਰੋ ਪਲ ਨਹੀਂ ਲਾਇਆ ਖੁੱਚ ਪੱਟਣ ਨੂੰ। ਇਹ ਹੈ ਰਾਮਗੜ੍ਹ ਦੀ ਧਰਤੀ, ਟੱਲੇਵਾਲ ਦੇ ਲਾਗੇ ਕਰਕੇ ਪਿੰਡ ਮੇਰੇ ਵੀਰੋ, ਬੀਲੇ ਦੇ ਲਾਗੇ ਕਰਕੇ ਪਿੰਡ। ਸੰਦੀਪ ਰਾਮਗੜ੍ਹੀਆ ਬਹੁਤ ਤਕੜਾ ਲਾ ਕੇ ਜਫਾ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੈ। ਪਾ ਵੀ ਨੌਜਵਾਨ ਹੈ, ਅਗਲੀ ਕਬੱਡੀ ਮੇਰੇ ਵੀਰੋ। ਲਓ ਦਰਸ਼ਕ ਵੀਰੋ, ਉਹੀ ਜਾਫੀ ਦੇਖਾਂਗੇ, ਉਹੀ ਰੇਡਰ ਵੇਖਾਂਗੇ, ਗੱਲ ਵੱਖਰੀ ਹੋਣੀ ਹੈ। ਇੱਕ ਵਾਰੀ ਤਾੜੀ ਮਾਰ ਦੋ ਇਸ ਨੌਜਵਾਨ ਗੱਭਰੂ ਨੇ ਜਦੋਂ ਮੇਰੇ ਵੀਰੋ ਉਡਾਣ ਭਰੀ ਖੇਡ ਮੈਦਾਨ ਦੇ ਵਿੱਚ। ਆਓ ਵੇਖੋ ਨੌਜਵਾਨ ਗੱਭਰੂ ਚਿੜੀ। ਇੱਕ ਪਾਸੇ ਕਹਿੰਦੇ ਨੌਜਵਾਨ ਗੱਭਰੂ ਹੰਤਾ, ਧਰਮਿੰਦਰ ਤੇ ਮਹੀਸ਼ਪੁਰੀ ਵਾਲੀ ਗੱਲ ਹੋਣੀ ਹੈ। ਹੁਣ ਵੇਖਦੇ ਆ ਕਿਹੜਾ ਗੱਭਰੂ ਡੱਕਦਾ ਕਿਹੜਾ ਰੱਖਦਾ। ਪਾਏ ਨੌਜਵਾਨ ਜਿੱਤ ਚਿੜੀ ਦੇ ਹਿੱਸੇ ਆਈ ਹੈ ਸਫਲਤਾ। ਸਾਡੇ ਕਬੱਡੀ ਇੰਚਾਰਜ ਮੈਂ ਗੁਰਜੀਤ ਨੂੰ ਬੇਨਤੀ ਕਰਦਾ ਵੀ ਕਿਹੜੇ ਪਲੇਅਰ ਸਨਮਾਨ ਕਰਨਾ ਹੁੰਦਾ ਉਹ ਇੱਥੋਂ ਕਮੈਂਟੇਟਰ ਸਾਹਿਬ ਤੋਂ ਬੁਲਵਾ ਦਿਆ ਕਰਨ, ਤਾਂ ਜੋ ਇੱਥੇ ਸਟੇਜ ਤੇ ਸਾਨੂੰ ਸੌਖਾ ਹੋ ਜਾਵੇ। ਅਮਨਾ ਹਾਸ ਕਲਾਂ, ਇਹਨਾਂ ਦਾ ਸਨਮਾਨ ਕਰਨਾ। ਹੋਰ ਵੀ ਜਿਹੜੇ 2 ਪਲੇਅਰ ਹੋਰ ਨੇ ਉਹ ਦੱਸ ਦੇਵੇ ਗੁਰਜੀਤ,
ਤਿੰਨਾਂ ਪਲੇਅਰਾਂ ਨੂੰ ਇੱਥੇ ਲਿਆ ਹੁਣ ਸਟੇਜ ਤੇ। ਕਿਹੜੀ ਟੀਮ ਜੇਤੂ ਆ ਜੀ? ਚਲਦੇ ਮੈਚ ਦੇ ਵਿੱਚ ਰਸੂਲਪੁਰ ਦੀ ਟੀਮ ਜਿਹੜੀ ਬਾਜੀ ਮਾਰ ਗਈ ਹੈ, ਰਸੂਲਪੁਰ ਦੀ ਟੀਮ ਜਿਹੜੀ ਜੇਤੂ ਟੀਮ ਹੈ। ਦਰਸ਼ਕ ਵੀਰ, ਕਬੱਡੀ ਦਾ ਪ੍ਰਿੰਸ ਪੁੱਜ ਗਿਆ, ਇੱਕ ਵਾਰੀ ਗੱਡ ਕੇ ਤਾੜੀ ਮਾਰ ਦੋ ਖੁਸ਼ੀ ਦੁੱਗਾ ਦੇ ਨਾਂ ਤੋਂ, ਲੈ ਵੀ ਖੁਸ਼ੀ ਦਰਸ਼ਕਾਂ ਦਾ। ਦਰਸ਼ਕ ਵੀਰਾਂ ਨੂੰ ਅਸੀਂ ਹੁਣ ਕੂਪਨ ਵੰਡਾਂਗੇ ਥੋੜੇ ਟਾਈਮ 'ਚ ਜੀ। 20 ਮੋਬਾਈਲ ਕੱਢਣੇ ਜੀ ਸੈਮਸੰਗ ਦੇ 20। ਕੋਈ ਵੀ ਮੇਰਾ ਵੀਰ ਉੱਠ ਕੇ ਕੂਪਨ ਨਾ ਲਵੇ, ਸਾਰਿਆਂ ਨੂੰ ਬੈਠਿਆਂ ਨੂੰ ਕੂਪਨ ਮਿਲਣਗੇ। ਲੋ ਦੁਨੀਆ ਦਾ ਸਟਾਰ ਲੀਗ ਦੇ ਵਿੱਚ ਕਹਿੰਦੇ ਧੁੰਮਾਂ ਪਾਈਆਂ, ਕਿਤੇ ਗੱਡੀਆਂ ਜਿੱਦਾਂ, ਕਿਤੇ ਬੁਲਟ ਜਿੱਦਾਂ। ਜਾਦਾ ਸੁਰਖਪੁਰੀਆ ਪੁੱਜ ਗਿਆ ਮੇਰੇ ਵੀਰੋ, ਮਾਰ ਦੋ ਤਾੜੀ, ਲੈ ਵੀ ਜਾਦਿਆ ਫਤਿਹ ਸਾਂਝੀ ਕਰੀ ਰਸਤੇ ਦੇ ਨਾਲ। ਭੇਜੇ ਨੀ ਕਿਹੜੇ ਪਲੇਅਰਾਂ ਦਾ ਸਨਮਾਨ ਕਰਨਾ, ਨਾਮ ਬੁਲਵਾ ਦਿਆ ਕਰ ਇੱਥੋਂ। ਹੰਸਾਂ ਦਾ ਕਾਲਾ ਤੇ ਹੰਤਾ ਤੇ ਅਮਨ, ਇਹਨਾਂ ਵੀਰਾਂ ਦਾ ਹਾਸ ਕਲਾ, ਅਮਨਦੀਪ ਹਾਸ ਕਲਾ ਤੇ ਸੀਰਾ ਰਸੂਲਪੁਰ ਅਮਨਾ ਹਾਸ ਕਲਾ ਵਾਲਾ ਵੀ ਆ ਜਾਵੇ, ਇਹਨਾਂ ਦਾ ਸਨਮਾਨ ਕਰਨਗੇ। ਸੋਹਣ ਸਿੰਘ ਜੀ ਸਾਡੇ ਮੁੱਖ ਖੇਡ ਪ੍ਰਮੋਟਰ, ਇਹਨਾਂ ਦਾ ਸਨਮਾਨ ਕਰਨਗੇ। ਅਮਨਾ ਹਾਸ ਕਲਾ ਉਹ ਵੀ ਆਪਣਾ ਸਨਮਾਨ ਲੈ ਲਵੇ। ਹੰਤਾ ਗਿੱਦੜਵਿੰਡੀ ਮਰਾਟਾ ਹਾਸ ਕਲਾ ਰਸੂਲਪੁਰ ਕਾਲਾ ਹਾਸ ਕਲਾ ਇਹ ਵੀ ਆਪਣਾ ਸਨਮਾਨ ਲੈ ਲੈਣ। ਅਮਨੇ ਨੂੰ ਆਈ ਮੈਂ ਮਾਰੀ, ਅਮਨਾ ਉਹ ਵੀ ਆਪਣਾ ਸਨਮਾਨ ਲੈ ਲਵੇ। ਅਮਨੇ ਕਰਾਓ ਜੀ ਮੈਚ ਸ਼ੁਰੂ। ਅਮਨਾ ਹਾਸ ਕਲਾ ਨਾ ਬਸ ਮੈਂ ਚਾਹ ਪੀਣਾ। ਕੇਸਾ ਧਾਰੀਆਂ ਵਾਸਤੇ 100 ਰੁਪਈਆ, ਜਿਹੜਾ ਵੀ ਕੇਸਾ ਧਾਰੀ ਪਲੇਅਰ ਖੇਡਦਾ ਸਾਡੇ ਕੋਲ 100 ਰੁਪਈਆ ਲੈ ਜਾ ਕਰੇ। ਲੋ ਬਹੁਤ ਤਕੜਾ ਮੈਚ ਖੇਡਿਆ ਜਾਣਾ ਮਾਖਿੜ ਕਬੱਡੀ ਦਾ। ਕਹਿੰਦੇ ਅਨਮੋਲ ਹੀਰੇ ਪੁੱਜਿਆ ਮੇਰੇ ਵੀਰੋ, ਯਾਦਵਿੰਦਰ ਸਿੰਘ ਯਾਦਾ, ਅਮਰਤਪਾਲ ਸਿੰਘ ਨੀਟਾ। ਆ ਟੀਮ ਨੂੰ ਕਿਰਾਇਆ ਦੇਣਾ ਜੀ, ਮਿਲ ਲੈਣਾ ਸੇਖਾਂ ਟੀਮ ਨੂੰ ਅਮਰਤਪਾਲ ਸਿੰਘ ਦੀ। ਲੈ ਵੀ ਜਾਦਿਆ ਫਿਰ ਦਰਸ਼ਕਾਂ ਦੇ ਨਾਲ ਫਤਿਹ ਸਾਂਝੀ ਕਰਦੇ ਦਰਸ਼ਕ, ਤਾੜੀਆਂ ਮਾਰਨਗੇ। ਉਧਰਲੇ ਪਾਸੇ ਵੇਖਦੇ ਵੀ ਗਭਰੂ ਦੀ ਪਈ ਹੋਈ ਕਬੱਡੀ, ਗੁਰਪ੍ਰੀਤ ਮੇਰੇ ਵੀਰੋ ਨੌਜਨ ਗਭਰੂ, ਬੁਰਜ ਹਰੀ ਦੀ ਧਰਤੀ ਦਾ, ਚਾਰ ਦੇਸ਼ਾਂ ਦਾ ਜੇਤੂ ਜਰਨੈਲ, ਆਹ ਆਉਂਦਾ ਜੱਟ ਬੁੱਕ ਦਾ ਮੇਰੇ ਵੀਰੋ। ਪੁਆਇੰਟ ਧਾਵੀ ਦੇ ਹਿੱਸੇ ਜੁੜਦਾ, ਪੁਆਇੰਟ ਬੁਰਜ ਹਰੀ ਸਿੰਘ ਵਾਲੇ ਦੇ ਹਿੱਸੇ ਜੁੜਦਾ। ਪਾਵੀ ਸੀਰੇ ਨੌਜਨ ਨੇ ਕਬੱਡੀ, ਆਹ ਵੇਖ ਰਿਹਾ ਸੀਰੇ ਨੇ ਉਡਾਣ ਭਰੀ ਮੇਰੇ ਵੀਰੋ। ਇੱਕ ਪਾਸੇ ਦੁੱਗਾਂ ਦਾ ਖੁਸ਼ੀ ਪ੍ਰਿੰਸ ਦੇ ਤੌਰ ਤੇ ਜਾਣਿਆ ਜਾਂਦਾ, ਕੈਨੇਡਾ ਦੇ ਇੱਕ ਮੈਚ ਦੇ ਵਿੱਚ 27.5 ਜੱਫੇ ਲਾ ਕੇ ਰਿਕਾਰਡ ਪੈਦਾ ਕਰਤਾ ਮੇਰੇ ਵੀਰੋ। ਲੈਦਲੇ ਪਾਸੇ ਸੀਰੇ ਦੀ ਪਈ ਹੋਈ ਕਬੱਡੀ ਤੇ ਚਾਰ ਜਾਫੀ, ਰਾਏਕੋਟ ਦੇ ਖੋੜ ਦਾ ਵੀ ਜੇਤੂ ਆ ਖੁਸ਼ੀ। ਇਧਰਲੇ ਪਾਸੇ ਯਾਦਵਿੰਦਰ ਸਿੰਘ ਯਾਦਾ, ਹੁਣ ਵੇਖਦਾ ਕਿਹੋ ਜਿਹੀ ਗੱਲ ਆਉਂਦੀ ਹੈ, ਮਾਰਦਾ ਪੁੱਛ ਦਿੰਦਾ ਦੌਦਰ ਤੇ ਚੂੜ ਚੱਕ। ਟੀਮਾਂ ਸੱਦ ਲਿਓ ਜੀ, ਦੌਦਰ ਤੇ ਚੂੜ ਚੱਕ, ਦੌਦਰ ਤੇ ਚੂੜ ਚੱਕ। ਅਗਲੇ ਮੈਚਾਂ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। ਭਾਰੀ ਆ ਸਰੀਰ, ਕਹਿੰਦੇ ਦਾਦੇ ਨੇ ਪਹਿਲਵਾਨੀ ਕੀਤੀ, ਮਾਰ ਮਾਰ ਦਾਤ ਦੁਨੀਆ ਪੱਬਾਂ ਤੇ ਉਕਰਤੀ, ਉੱਠਿਆ ਜਵਾਨੀ ਵਿੱਚ ਪੋਤਾ, ਰਹਿੰਦੀ ਖੂੰਦੀ ਕਸਰਸ ਗੱਭਰੂ ਨੇ ਕੱਢਤੀ, ਰਹਿੰਦੀ ਖੂੰਦੀ ਕਸਰਸ ਗੱਭਰੂ ਨੇ ਕੱਢਤੀ। ਪੰਜਾਬ ਦੀ ਧਰਤੀ ਤੇ ਜਾਂਦਾ ਲਗਾਤਾਰ ਮੋਟਰਸਾਈਕਲ ਜਿੱਤੀ, ਸਿਰੇ ਦੀਆਂ ਤਾਵੀਆਂ 'ਚ ਨਾ ਬੋਲਦਾ। ਹੁਣ ਬੁਰਜਰੀ ਦਾ ਡਿੱਪੀ, ਬੁਰਜਰੀ ਦਾ ਡਿੱਪੀ ਤੇ ਪੁਆਇੰਟ ਹਰਵਿੰਦਰ ਰੱਬੋ, ਜਿਵੇਂ ਕਹਿੰਦੇ ਨਾਂ, ਇਸ ਗੱਭਰੂ ਦਾ ਨਾਂ ਵੀ ਮੇਰੇ ਵੀਰੋ ਰੱਬੋ ਰੱਖਿਆ ਗਿਆ, ਬੇਅੰਤ ਸਿੰਘ ਰੱਬੋ। ਪੁਆਇੰਟ ਆਪਣੀ ਟੀਮ ਹਿੱਸੇ ਜੋੜਦਾ। ਇਧਰਲੇ ਪਾਸੇ ਪਈ ਹੋਈ ਕਬੱਡੀ, ਬਾਓ ਗੱਭਰੂ ਆ, ਇੱਕ ਪਾਸੇ ਕਹਿੰਦੇ ਭੀਰਾ,
ਹੁਣ ਵੇਖਦੇ ਕਿਹੋ ਜਿਹੀ ਗੱਲ ਆਉਂਦੀ ਹੈ। ਬਹੁਤ ਤਕੜਾ ਜਾਫੀ ਹੈ ਮਾਖਿੜ ਕਬੱਡੀ ਦਾ, ਗਹਿਣਾ ਵਾਲਾ ਮੇਰੇ ਵੀਰੋ ਛੋਟੇ ਭੀਰੇ ਨੇ ਲਾ ਕੇ ਤਕੜਾ ਜਫਾ ਆਪਣੀ ਟੀਮ ਇਸੇ ਲੱਖਾਂ ਜਿਹਾ ਪੁਆਇੰਟ ਜੋੜਿਆ। ਪਾ ਵੀ ਗੱਭਰੂਆ ਅਗਲੀ ਕਬੱਡੀ, ਕਹਿੰਦੇ ਹਰਜੀਤ ਬਰਾੜ ਦੀ ਇਧਰਲੇ ਪਾਸੇ ਮੇਰੇ ਵੀਰੋ ਭਿੰਦਰ, ਕੋਈ ਮਨਦੀਪ ਕਹਿੰਦਾ ਕੋਈ ਭਿੰਦਰ ਕਹਿੰਦਾ, ਉਹ ਪਈ ਹੋਈ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ। ਦੋਗਾਂ ਦਾ ਖੁਸ਼ੀ, ਦਰਸ਼ਕ ਵੀਰੋ ਟੱਚ ਲੈ ਲਿਆ, ਪੰਗਾ ਪੈ ਗਿਆ, ਪੁਆਇੰਟ ਕਹਿੰਦੇ ਵੀ ਦੋਗਾਂ ਵਾਲੇ ਦਾ ਹੈ, ਦੋਗਾਂ ਵਾਲੇ ਦਾ ਹੈ। ਨਵਜਨ ਗਬਰੂ ਦਾ ਨਾਂ ਵੱਖਰਾ, ਅੰਦਾਜ਼ ਵੱਖਰਾ, ਗੁਰਪ੍ਰੀਤ ਰਾਏ ਕੋਟੀਆ ਮੇਰੇ ਵੀਰੋ, ਜਿਵੇਂ ਗੋਪੀ ਦਾ ਕਹਿੰਦੇ 6 ਫਰਵਰੀ ਨੂੰ ਦਸਮੇਸ਼ ਸਪੋਰਟਸ ਕਲੱਬ ਨੇ, ਉਹ ਮੇਰੇ ਵੀਰੋ ਸਾਡੇ ਵੀਰ ਹਰਜੀਤ ਫਰਿੰਡਜ ਕਲੱਬ ਪੱਤੋ ਹੀਰਾ ਸਿੰਘ ਦੇ ਸਾਧੂ ਬਰਾਬਰ ਕਰਨਗੇ ਸਰਦਾਰ ਸੋਹਣ ਸਿੰਘ ਜੀ ਖੇਡ ਪ੍ਰਮੋਟਰ। ਮੈਂ ਕਲੱਬ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਪਲੀਜ਼ ਸਟੇਜ ਤੇ ਆ ਜਾਣ। ਅੰਮ੍ਰਿਤਪਾਲ ਸਿੰਘ ਜੀ ਨੀਟਾ, ਮੈਂ ਬੇਨਤੀ ਕਰਦਾ ਕਿ ਨੇੜੇ ਰਿਹਾ ਕਰੋ। ਪ੍ਰਧਾਨ ਕੁਲਦੀਪ ਸਿੰਘ ਜੀ ਆ ਜਾਓ ਜੀ, ਫੋਟੋਗ੍ਰਾਫਰ ਕੀਪੀ ਆ ਜਾਓ ਵੀਰੇ। ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸਿਰੇ ਦੀ ਪੈਂਦੀ ਹੋਈ। ਮੈਂ ਬੇਨਤੀ ਕਰਦਾ ਪਲੀਜ਼ ਤੁਹਾਡੇ ਕਰਕੇ ਹੀ ਦਰਸ਼ਕੋ ਵੀਰੋ, ਅਸੀਂ ਹਾਂ ਪਾਲਾ ਜੰਗਲੇ ਤੋਂ ਬਚਾ ਰੱਖਿਓ, ਖੜੀ ਜਿੱਥੇ ਮਰਜ਼ੀ ਜਾਓ। ਥੋੜਾ ਜਿਹਾ ਨਿਮਰਤਾ ਸਾਹਿਬ ਬੇਨਤੀ ਆ ਵੀ ਜੰਗਲੇ ਤੋਂ ਬਚਾ ਰੱਖਿਓ। ਲਓ ਉਧਰਲੇ ਪਾਸੇ ਜਿਵੇਂ ਦਾਦੇ ਨੇ ਭਲਵਾਨੀ ਕੀਤੀ ਮੇਰੇ ਵੀਰੋ ਪਟੜੀ ਫਿਰ ਨਾਂ ਤੇ ਜ਼ਿਲ੍ਹੇ ਦਾ ਨਾਂ ਪੈਦਾ ਕੀਤਾ ਮੇਰੇ ਵੀਰੋ ਬਾਬੇ ਗੁਰਜੀਤ ਸਿੰਘ ਦਾ ਪੋਤਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ, ਕਬੱਡੀ ਪਾਉਂਦਾ ਕਿ ਤੱਤੇ ਤੱਤੇ ਰੇਤਿਆਂ ਤੇ ਪੈਰ ਵੀ ਮਚਾਏ ਨੇ, ਕਿ ਚੁੰਗੀਆਂ ਨੇ ਬੂਰੀਆਂ ਤੇ ਡੰਡ ਵੜੇ ਲਾਏ ਨੇ, ਅੱਧ ਰਿੜਕੇ ਦੇ ਸੰਨੇ ਮੇਰੀ ਮਾਂ ਨੇ ਮੂੰਹ ਨੂੰ ਲਾਏ ਨੇ, ਕਿ ਕੁਸ਼ਤੀ ਚ ਦਾਦੇ ਮੱਲਾ ਮਾਰੀਆਂ ਨੇ ਵੱਡੀਆਂ, ਤਾਂਹੀਓ ਅਸੀਂ ਗੋਰੀਆਂ ਨੇ ਖੇਡਦੇ ਕਬੱਡੀਆਂ। ਲੱਗਦੇ ਪਾਸੇ ਇਸ ਗੱਭਰੂ ਦੀ ਪਈ ਹੋਈ ਕਬੱਡੀ, ਕਹਿੰਦੇ ਹਰਜੀਤ ਬਰਾੜ ਦੀ ਸਟਾਈਲ ਸਕਾਉਡੀ, ਉਹ ਸੁੱਖੀ ਪੱਡੇ ਦੀ ਦਰਸ਼ਨੀ ਬੋਡੀ, ਕਾਲੂ ਜੱਸੇ ਦੀ ਭਾਜ, ਰੋਮੀ ਚੰਨੇ ਕਹਿੰਦੇ ਬਿਹਾਰੀਪੁਰ ਦੀ ਨੋਖੀ ਅਡਾਜ, ਧਰਤੀ ਹਲਾਵੇ ਦੁੱਲੇ ਦਾ ਪੰਪ, ਅੰਬਰ ਨੂੰ ਸੂਹੇ ਸੋਨੂ ਦਾ ਜੰਪ, ਗੁਰਲਾਲ ਘਨੌਰ ਦਾ ਰਕਨੀ ਚਾਲ, ਪ੍ਰਧਾਨ ਇੰਦਰਜੀਤ ਸਿੰਘ ਜੀਤਾ ਉਪਨ ਵੰਡਣੇ ਆ, ਇੰਦਰਜੀਤ ਸਿੰਘ ਜੀਤਾ। ਲੈ ਦੂਸਰੇ ਪਾਸੇ ਖੇਡ ਮੈਦਾਨ ਦੇ ਵਿੱਚ ਅਗਲਾ ਮੈਚ ਦੌਦਰ ਤੇ ਚੂੜ ਚੱਕ, ਦੌਦਰ ਤੇ ਚੂੜ ਚੱਕ, ਦੌਦਰ ਤੇ ਚੂੜ ਚੱਕ ਦੀਆਂ ਟੀਮਾਂ ਜਲਦੀ ਨਾਲ। ਸਿੰਦੇ ਦਾ ਛੋਟਾ ਵੀਰ ਮੰਦਰ ਕਹਿੰਦੇ ਦੇਖਦੇ ਆ ਜਫਾ ਲਾਉਂਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਗਹਿਲਾ ਵਾਲਾ, ਆਓ ਵੇਖੋ ਸਿੰਦੇ ਦਾ ਮੇਰੇ ਵੀਰੋ ਛੋਟਾ ਵੀਰ ਮੰਦਰ ਹੁਣ ਜਫਾ ਲਾ ਪਾਊ ਕਿ ਨਹੀਂ ਮਿੱਤਰੋ। ਵੱਜ ਗਈ ਕੈਂਚੀ ਹੁੱਲੇ ਹਲਾਰੇ, ਆਓ ਵੇਖਦੇ ਆਪਣੇ ਦੰਦ ਚੀਣ ਦੀ ਕੰਧ ਇਹੋ ਜਿਹੀ ਕੋਈ ਮਜ਼ਬੂਤੀ ਨਾ, ਜੇ ਪੈ ਜੇ ਪੁੱਠੀ ਕੈਂਚੀ ਇਹੋ ਜਿਹੀ ਗੱਲ ਕਸੂਤੀ ਨਾ, ਇਹੋ ਜਿਹੀ ਗੱਲ ਕਸੂਤੀ ਨਾ। ਪਾ ਵੀ ਭਿੰਦਰ ਨੌਜਵਾਨ ਹੈ ਅਗਲੀ ਕਬੱਡੀ, ਮਨਦੀਪ ਸਿੰਘ ਭਿੰਦਰਾ ਅਗਲੀ ਕਬੱਡੀ ਗਹਿਲਾ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਫਿਰ ਪਾਉਣ ਦੇ। ਧੀਰਾ ਸੇਖਾਂ ਟੀਮ ਦਾ ਸੀ, ਉਹਦਾ ਸਨਮਾਨ ਕਰਨਾ ਵੀਰ ਦਾ, ਜਾਫੀ ਧੀਰਾ ਉਹਨਾਂ ਦਾ ਸਨਮਾਨ ਕਰਨਗੇ ਸਾਡੇ ਅਨੋਕ ਸਿੰਘ ਜੀ US। ਆ ਜਾਓ ਜੀ ਕਲੱਬ ਮੈਂਬਰ ਡਾਕਟਰ ਮੇਰਾ ਜੀ, ਆਓ ਤੇਰਾ ਮਨਪ੍ਰੀਤ ਸਿੰਘ ਜੀ, ਫੋਟੋਗ੍ਰਾਫਰ ਵੀ ਆਏ। ਜਾਫੀ ਧੀਰਾ ਸੇਖਾ ਉਸ ਖਿਲਾੜੀ ਦਾ ਅਸੀਂ ਸਨਮਾਨ ਕਰਨਾ, ਉਹਨਾਂ ਦਾ ਸਨਮਾਨ ਕਰਨਗੇ ਸਿੰਘ ਜੀ ਤੇ ਅਨੋਕ ਸਿੰਘ ਜੀ US। ਮਾਸਟਰ ਹਰਨੇਕ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਹਰ ਸਾਲ ਦੀ ਤਰ੍ਹਾਂ 11,000 ਰੁਪਏ ਦੀ ਸਹਾਇਤਾ ਭੇਜੀ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਡੇ ਵਿਚਕਾਰ ਹੁਣੇ ਹੁਣੇ ਹੀ ਬੜੇ ਲੰਮਾ ਟਾਈਮ ਤੋਂ ਲਗਾਤਾਰ ਸਾਡਾ ਭਰਾਵਾਂ ਵਰਗਾ ਪਿਆਰ ਆ, ਗੋਪੀ ਸਟੂਡੀਓ ਕਮਾਲਪੁਰਾ ਉਹਨਾਂ ਵੱਲੋਂ ਹਰ ਸਾਲ ਸਾਨੂੰ 11,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਆ, ਅਸੀਂ ਉਸ ਵੀਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਇੰਨੀਆਂ ਸੇਵਾਵਾਂ ਦਿੰਦਾ। ਗੋਪੀ ਸਟੂਡੀਓ ਕਮਾਲਪੁਰਾ 11,000 ਰੁਪਏ, ਅਸੀਂ ਉਸ ਵੀਰ ਦਾ ਧੰਨਵਾਦ ਕਰਦੇ ਹਾਂ ਜੀ, ਗੋਪੀ ਸਟੂਡੀਓ ਕਮਾਲਪੁਰਾ। ਸੁੱਖਾ ਅਖਾੜਾ ਜੀ, ਉਹ ਵੀ ਅਖਾੜਾ। ਉਧਰਲੇ ਪਾਸੇ ਡਿੱਪੀ ਦੀ ਪਈ ਹੋਈ ਕਬੱਡੀ ਤੇ ਦੂਸਰੇ ਪਾਸੇ ਛੋਟਾ ਵੀਰ ਮਨਜਿੰਦਰ ਸਿੰਘ ਜੀ ਡੱਲਾ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਮਨਜਿੰਦਰ ਸਿੰਘ ਜੀ ਡੱਲਾ।
ਲਵੀ ਪਾ ਰੱਬੋ ਨੌਜਵਾਨ ਕਬੱਡੀ ਬੇਅੰਤ ਗਹਿਲਾਂ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਪਿਆਰ ਨਾਲ ਰੱਬੋ ਕਹਿੰਦੇ ਇਸ ਗਬਰ ਨੂੰ ਆਓ ਵੇਖਦੇ ਹਾਂ ਵੱਧ ਕੇ ਪਾਉਂਦਾ ਕਬੱਡੀ ਚਾਰ ਜਾਫੀਆਂ ਦੇ ਵਿੱਚੋਂ ਲਓ ਖੁਸ਼ੀ ਬਾਓ ਨੌਜਵਾਨਾਂ ਜਿਵੇਂ ਕਹਿੰਦੇ ਲਲਕਾਰਾ ਘੈਂਟ ਸੁਣੀ ਦਾ ਇਸ ਗਬਰੂ ਦਾ ਅਮਨ ਲੋਪੋ ਮੇਰੇ ਵੀਰੋ ਗੱਲ ਕਰੇਗਾ ਅਗਲੇ ਮੈਚਾਂ ਦੇ ਵਿੱਚ ਇਸ ਗਬਰੂ ਦੀ ਤਾਰੀਫ ਕਰਨੀ ਹੈ ਪੁਆਇੰਟ ਹੈਪੀ ਕਮਾਲਪੁਰਾ ਸਾਡੇ ਵਿੱਚ ਹੁਣੇ ਹੁਣੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਜੀ ਆਖਦੇ ਹਾਂ 3100 ਰੁਪਏ ਦੀ ਮੈਕਸਾ ਦਾ ਭੇਜੀਆ ਜੀ ਉਹਨਾਂ ਨੇ ਹੈਪੀ ਕਮਾਲਪੁਰਾ ਸੁਖਵਿੰਦਰ ਸਿੰਘ ਜੀ ASI ਜੀ ਦਾ ਸਨਮਾਨ ਕਰਨਾ ਅਸੀਂ ਕਲੱਬ ਬੰਨੀਓ ਪਲੀਜ਼ ਉਹ ਆਪਣਾ ਸਨਮਾਨ ਚਿੰਨ ਲੈ ਲੈਣ ਮੈਂ ਕਲੱਬ ਮੈਂਬਰਾਂ ਨੂੰ ਬੇਨਤੀ ਕਰਦਾ ਵੀ ਆ ਜਾਓ ਪਲੀਜ਼ ਸੁਖਵਿੰਦਰ ਸਿੰਘ ਜੀ ASI ਜੀ ਦਾ ਸਨਮਾਨ ਕਰਨਾ ਲੱਖਣ ਮੈਦਾਨ ਦੇ ਵਿੱਚ ਮੇਰੇ ਵੀਰੋ ਗਬਰੂ ਅਗਲੀ ਕਬੱਡੀ ਪਾਉਂਦਾ ਗਹਿਲਾਂ ਦੀ ਧਰਤੀ ਦਾ ਮੇਰੇ ਵੀਰੋ ਭਿੰਦਰ ਹੁਣ ਚਾਰ ਜਾਫੀ ਕਿਹੜਾ ਗਬਰੂ ਮੇਰੇ ਵੀਰੋ ਡੱਕਦਾ ਕਿਹੜਾ ਰੱਖਦਾ ਕਹਿੰਦੇ ਦੁੱਲੇ ਦਾ ਪੰਪ ਸੋਨੂ ਦਾ ਜੰਪ ਮੀਕ ਦੇ ਬਾਲ ਸੰਦੀਪ ਦੀ ਸਾਲ ਅਜਮੇਰ ਦੇ ਟੱਚ ਗੁਰਲਾਲ ਦੇ ਪੱਟ ਮੰਗੀ ਦੇ ਦਾ ਤੇ ਟਰਾਂਟੋ ਦਾ ਘਾਹ ਸੁਖਵੀਰ ਦਾ ਨੱਚਣਾ ਤੇ ਮੋਠੇ ਦਾ ਹੱਸਣਾ ਗੁੱਗੂ ਦੀ ਪਾਜ ਤੇ ਰੋਮੀ ਦੀ ਡਾਜ ਕਹਿੰਦੇ ਦਿਲ ਨੂੰ ਲੁੱਟਦੇ ਨੇ ਆਲਮੇ ਦਾ ਗੁਰਵਿੰਦਰ ਤੇ ਦੌਦਰ ਦਾ ਬਰਿੰਦਰ ਉੱਠੇ ਕਰ ਕਰ ਸੁੱਟਦੇ ਨੇ ਹੈਲੋ ਉਧਰ ਸਰਦਾਰ ਕੁਲਵੰਤ ਸਿੰਘ ਜੀ ਸੰਘਾ ਲੈਟਰ ਕਬੱਡੀ ਕਲੱਬ ਦੇ ਪ੍ਰੈਜੀਡੈਂਟ ਹੈ ਉਹ ਵੀ ਅੱਜ ਇਸ ਕਬੱਡੀ ਕੱਪ ਤੋਂ ਪੁੱਜੇ ਨਾਲ ਸਾਡਾ ਵੀਰ ਜੱਗਾ ਗਾਲਬ ਵਾਲਾ ਅੱਜ 7-8 ਪਲੇਅਰਾਂ ਦੀ ਚੋਣ ਕੀਤੀ ਜਾਣੀ ਆ ਵਾਰਕਿੰਗ ਕਲੱਬ ਤੇ ਲੈਟਰ ਵਾਲੇ ਵੀਰ ਸਾਡੇ ਪੁੱਜੇ ਆ ਦਵਿੰਦਰ ਗਿੱਲ ਜੀ ਸਰਦਾਰ ਕੁਲਵੰਤ ਸਿੰਘ ਜੀ ਸੰਘਾ ਜੱਗਾ ਗਾਲਬ ਜੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪੁੱਜਣ ਤੇ ਜੀਆਂ ਨੂੰ ਆਖਿਆ ਜਾਂਦਾ ਲਦਲੇ ਪਾਸੇ ਪੁਆਇੰਟ ਸੀਰੇ ਨੇ ਆਪਣੀ ਟੀਮ ਹਿੱਸੇ ਜੋੜਿਆ ਕਿ ਸੋਨੀ ਅਜਮੇਰ ਕੌਰਾ ਕੀਤਾ ਬੱਧਣੀ ਕਿ ਸੀਰੇ ਜਿਹੀ ਰੇਡ ਪਲਾ ਕਿਹਨੇ ਕੱਢਣੀ ਕਮਾਲ ਦਾ ਗ੍ਰਿਪ ਪੱਪੂ ਝੂੜ ਚੱਕਦਾ ਕਹਿੰਦੇ ਨੱਟ ਵਾਂਗੂ ਕੈਂਚੀ ਗੱਗੀ ਲੋਪੋ ਕੱਸਦਾ ਸੁਰਖਪੁਰੀਆ ਜਾਦਾ ਤੇ ਦਿੜਵੇ ਦਾ ਖੁਸ਼ੀ ਕਰਾਉਂਦੇ ਜੈ ਜੈ ਕਾਰ ਮਿੱਤਰੋ ਖੇਡ ਕੇ ਕਬੱਡੀ ਬਲੀ ਪੁੱਤ ਮਾਮਾ ਦੇ ਬਣਦੇ ਨੇ ਸੁਪਰ ਸਟਾਰ ਮਿੱਤਰੋ ਬਣਦੇ ਨੇ ਸੁਪਰ ਸਟਾਰ ਮਿੱਤਰੋ ਲਾਵੀ ਪਾ ਗਬਰੂਆ ਕਬੱਡੀ ਇੱਕ ਪਾਸੇ ਸਕੀਨ ਦੀ ਪਈ ਹੋਈ ਕਬੱਡੀ ਕਿ ਜਿੱਥੇ ਪੰਜ ਦਰਿਆਵਾਂ ਨੇ ਜਾਲ ਬੰਨਿਆ ਉਸੇ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ ਜਿੱਥੇ ਉੱਗਦੀ ਹੈ ਸੋਨਾ ਨੀ ਜ਼ਮੀਨ ਜੱਟੀਏ ਨੀ ਮੈਂ ਪੁੱਤ ਹਾਂ ਪੰਜਾਬ ਦਾ ਸਕੀਨ ਜੱਟੀਏ ਉਹ ਸਕੀਨ ਗਬਰੂ ਨੇ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਹਿੱਸੇ ਜੋੜਿਆ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਤਕੜਾ ਨਹੀਂ ਕੋਈ ਸਿੱਧਾ ਜੰਮਦਾ ਮੈਂ ਗੋਲਡੀ ਨੂੰ ਗੋਲਡਨ ਵਾਲੇ ਨੂੰ ਬੇਨਤੀ ਕਰਦਾ ਕਿ ਇਕੱਠ ਦੀ ਫੋਟੋ ਵਧੀਆ ਫਲੈਸ਼ ਮਾਰ ਲਾ ਕੋਈ ਤਾਂ ਕਿ ਕਾਹ ਨੂੰ ਮੈਗਜ਼ੀਨ ਤੇ ਲਾ ਸਕੀਏ ਲੈ ਵੀ ਰੇਡਰ ਲਈ ਤਾੜੀ ਮਾਰ ਦੋ ਦਰਸ਼ਕ ਵੀਰ ਹੌਸਲਾ ਕਿ ਹੌਸਲੇ ਫਤਿਹ ਕੀ ਬੁਨਿਆਦ ਕਰਦੇ ਹੈ ਸ਼ਮਸ਼ੀਰ ਉਠਾਇਆ ਨਾ ਕਰੋ ਜੋ ਕਿ ਸਾਡੇ ਸੁਸਾਇਟੀ ਦੇ ਸਾਬਕਾ ਮੀਤ ਪ੍ਰਧਾਨ ਉਹਨਾਂ ਵੱਲੋਂ ਵੀ ਸਾਨੂੰ 2100 ਰੁਪਏ ਦੀ ਸਹਾਇਤਾ ਦਿੱਤੀ ਗਈ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਸਨਮਾਨ ਲੈ ਲੈਣ ਕੱਲ੍ਹ ਸਨਮਾਨ ਤੋਂ ਰਹਿ ਗਏ ਮੈਂ ਅੰਮ੍ਰਿਤਪਾਲ ਸਿੰਘ ਜੀ ਨੀਟਾ ਤੇ ਕਲੱਬ ਮੈਂਬਰਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਦਾ ਸਨਮਾਨ ਕਰੀਏ ਸੱਚੇ ਪਾਤਸ਼ਾਹ ਮੇਰ ਕਰੇ ਡਾਕਟਰ ਸਾਹਿਬ ਜਲਦੀ ਦੇ ਨਾਲ ਹੀ ਖੇਡ ਡਾਕਟਰ ਵਿਦੇਸ਼ਾਂ ਵਾਲਾ ਜਾਇਓ ਜੀ ਭੱਜ ਗਏ ਜਲਦੀ ਦੇ ਨਾਲ ਹੀ ਸੱਚੇ ਪਾਤਸ਼ਾਹ ਮੇਰ ਕਰੇ ਸੱਟ ਲੱਗ ਗਈ ਪਲੇਅਰ ਦੇ ਪਲੀਜ਼ ਜਾ ਡਾਕਟਰ ਵਿਦੇਸ਼ਾਂ ਵਾਲਾ ਡਾਕਟਰ ਵਿਦੇਸ਼ਾਂ ਵਾਲਾ ਜਾਵੇ ਗੱਡੀ ਮਿੰਟੂ ਜੀ ਗੱਡੀ ਬੁਲਾ ਦੋ ਪਲੇਅਰ ਦੀ ਥੋੜੀ ਜ਼ਿਆਦੇ ਸੱਟ ਗੱਡੀ ਚ ਬਾਹਰ ਖੜੀ ਆ ਜੀ ਚੱਕ ਕੇ ਲੈ ਚੱਲੋ ਪਲੇਅਰ ਨੂੰ ਜਲਦੀ ਦੇ ਨਾਲ ਹੀ ਗੱਡੀ ਚਲੋ ਗੱਡੀ ਮੋੜ ਬਈ ਸੱਚੇ ਪਾਤਸ਼ਾਹ ਮੇਰ ਦੇ ਲੈ ਜੀ ਡਾਕਟਰ ਦੇ ਜਗਤ ਸਿੰਘ ਜੀ ਕੈਨੇਡਾ ਸਨਮਾਨ ਕਰਨਗੇ ਜਗਤ ਸਿੰਘ ਮੇਰਾ ਵੀਰ ਰਸਤਾ ਛੱਡਦਾ ਜੀ ਗੱਡੀ ਆਉਣੀ ਆ ਚੰਦ ਸਿੰਘ ਜੀ ਡੱਲਾ ਕਿਹੜੇ ਰਹਿਣ ਵਾਲੇ ਗੱਡੀ ਆ ਗਿਆ ਹੋਰ ਸਾਡੇ ਦਰਮਿਆਨ ਪਹੁੰਚੇ ਨੇ ਸਨਮਾਨ ਕਰਨ ਜਾ ਰਹੇ ਆ ਸਾਡੇ ਗੱਡੀ ਰਹਿਣ ਦੇ ਗੱਜਰੇ ਸਰ ਗਿਆ ਸੁਖਵਿੰਦਰ ਸਿੰਘ ਜੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਜੀ ਨੀਟਾ ਹੁਣ ਸਾਡੇ ਨਾਲ ਮੈਂ ਬੇਨਤੀ ਕਰਦਾ ਚੰਦ ਸਿੰਘ ਜੀ ਡੱਲਾ ਨੂੰ ਉਹਨਾਂ ਤੋਂ ਅਸੀਂ ਇੱਕ ਸਨਮਾਨ ਕਰਾਉਣਾ ਉਹ ਪਹਿਲਾਂ ਹੀ ਆ ਜਾਣ ਸੁਖਵਿੰਦਰ ਸਿੰਘ ਜੀ ਧੰਨਵਾਦ ਕਰਦੇ ਹਾਂ ਜਸਵੀਰ ਸਿੰਘ ਜੀ ਦੇੜਕਾ ਉਹਨਾਂ ਦੇ ਨਾਲ
अवतार सिंह जी सरपंच मल्ले तो